ਵਾਹਿ ਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਭੈਰੋ ਮਹਲਾ ਪਹਿਲਾ ਕਰ ਦੂਜਾ। ਗੁਰ ਕੈ ਸ਼ਬਦ ਤਰੇ ਮੁਨ ਕੇਤੇ, ਇੰਦਰਾਦਿਕ ਬ੍ਰਹਮਾਦ ਤਰੇ। ਸਨਕ ਸਨੰਦਨ ਤਪਸੀ ਜਨ ਕੇਤੇ, ਗੁਰ ਪ੍ਰਸਾਦੀ ਪਾਰ ਪਰੇ। ਗੁਰ ਕੈ ਸ਼ਬਦ ਤਰੇ ਮੁਨ ਕੇਤੇ, ਇੰਦਰਾਦਿਕ ਬ੍ਰਹਮਾਦ ਤਰੇ। ਸਨਕ ਸਨੰਦਨ ਤਪਸੀ ਜਨ ਕੇਤੇ, ਗੁਰ ਪ੍ਰਸਾਦੀ ਪਾਰ ਪਰੇ। ਪਵ ਜਲ ਬਿਨ ਸ਼ਬਦੈ ਕਿਉਂ ਤਰੀਐ, ਨਾਮ ਬਿਨਾ ਜਗ ਰੋਗ ਵਿਆਪਿਆ। ਦੁਬਿਧਾ ਡੁਬ ਡੁਬ ਮਰੀਏ ਰਹਾਉ। ਗੁਰਦੇਵਾ ਗੁਰ ਅਲਖ ਅਭੇਵਾ, ਤ੍ਰਿਪਵਨ ਸੋਝੀ ਗੁਰ ਕੀ ਸੇਵਾ। ਆਪੇ ਦਾਤ ਕਰੀ ਗੁਰਦਾਤੈ, ਪਾਇਆ ਅਲਖ ਅਭੇਵਾ। ਮਨ ਰਾਜਾ ਮਨ ਮਨ ਤੇ ਮਾਨਿਆ, ਮਨਸਾ ਮਨਹਿ ਸਮਾਈ। ਮਨ ਜੋਗੀ ਮਨ ਬਿਨਸ ਬਿਯੋਗੀ, ਮਨ ਸਮਝੈ ਗੁਣ ਗਾਈ। ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ, ਤੇ ਵਿਰਲੇ ਸੰਸਾਰਾ। ਨਾਨਕ ਸਾਹਿਬ ਭਰਪੂਰ ਲੀਣਾ, ਸਾਚ ਸ਼ਬਦ ਨਿਸਤਾਰਾ। ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ, ਤੇ ਵਿਰਲੇ ਸੰਸਾਰਾ। ਨਾਨਕ ਸਾਹਿਬ ਭਰਪੂਰ ਲੀਣਾ, ਸਾਚ ਸ਼ਬਦ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਪ੍ਰਭਾਤ ਸਮੇਂ ਸਾਨੂੰ ਸਤਸੰਗਤ ਕਰਨ ਦਾ ਇਹ ਸੁਭਾਗ ਮਿਲਿਆ ਹੈ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਆਸਾ ਕੀ ਵਾਰ ਦੇ ਰੂਪ ਵਿੱਚ ਸਰੋਤ ਪਾਇਆ। ਹੁਣ ਸਮਾਂ ਗੁਰ ਸ਼ਬਦ ਵਿਆਖਿਆ ਦਾ ਹੈ। ਲੜੀਵਾਰ ਜੋ ਗੁਰਬਚਨ ਵਿਚਾਰੇ ਜਾ ਰਹੇ ਨੇ ਪ੍ਰਭਾਤ ਸਮੇਂ, ਇਹਨਾਂ ਵਿੱਚ ਰਾਗ ਭੈਰੋ ਪ੍ਰਾਰੰਭ ਹੋਇਆ ਹੈ। ਇੱਕ ਬਚਨ ਵਿਚਾਰਿਆ ਹੈ, ਦੋ ਨੰਬਰ ਉਪਦੇਸ਼ ਅੱਜ ਆਪ ਜੀ ਦੇ ਸਮਕਕਸ਼ ਪੜਿਆ ਗਿਆ ਹੈ। ਸ਼ਬਦ ਆਪਨੇ ਸਰੋਤ ਪਾਇਆ ਹੈ, ਕਿਉਂਕਿ ਸਿਰਨਾਵੇਂ ਦੇ ਵਿੱਚ ਇੱਕ ਅੱਖਰ ਦਾ ਚੇਂਜ ਆਇਆ ਹੈ, ਇਸ ਲਈ ਪੂਰੇ ਸ਼ਬਦ ਦਾ ਸਿਰਨਾਵਾਂ ਦੁਬਾਰਾ ਮਹਾਰਾਜ ਨੇ ਮੂਲ ਮੰਤਰ ਦੇ ਸੰਕਸ਼ਿਪਤ ਸਵਰੂਪ ਨਾਲ ਪਾਇਆ।
ਸੋ ਸਿਰਨਾਵਾਂ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਭੈਰੋ ਮਹਲਾ ਪਹਿਲਾ ਕਰ ਦੂਜਾ। ਇਸ਼ਟ ਦਾ ਮੰਗਲ ਬੀਤੇ ਵਿੱਚ ਆਪਾਂ ਪੂਰਾ ਮੂਲ ਮੰਤਰ ਬੜਾ ਵਿਸਥਾਰ 'ਚ ਵਿਚਾਰਿਆ ਸੀ, ਸਿਰਫ ਸ਼ਬਦੀ ਅਰਥ ਕਰਦੇ ਹਾਂ। ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਹੈ, ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ। ਉਸ ਪਰਿਪੂਰਨ ਨੂੰ ਜਿਹਦੇ ਵਿੱਚੋਂ ਅਸੀਂ ਆਏ ਹਾਂ, ਜਿਹਦੇ ਵਿੱਚ ਅਸੀਂ ਸਮਾ ਜਾਣਾ ਹੈ, ਜਿਹਦੇ ਨਾਲ ਅਸੀਂ ਜੀ ਰਹੇ ਹਾਂ, ਜਿਹਦੇ ਰੂਪ ਨੂੰ ਅਸੀਂ ਮਾਣ ਰਹੇ ਹਾਂ, ਜਿਸ ਨੇ ਆਪਣਾ ਆਕਾਰ ਵਟਾ ਕੇ ਸਾਡਾ ਆਕਾਰ ਬਣਾਇਆ ਹੈ, ਉਸ ਨਿਰੰਕਾਰ ਨੂੰ ਇਸ ਆਕਾਰ ਦੇ ਵਿੱਚ ਅਸੀਂ ਚੇਤਨ ਪੱਧਰ 'ਤੇ, ਮੀਨ ਚੇਤਨਾ ਦੇ ਪੱਧਰ 'ਤੇ ਜਾਗਰਤ ਅਵਸਥਾ ਵਿੱਚ ਮਾਣ ਸਕੀਏ, ਜਾਣ ਸਕੀਏ, ਉਹਦੇ ਲਈ ਸਾਨੂੰ ਜ਼ਰੂਰਤ ਹੈ ਸਤਿਗੁਰ ਪ੍ਰਸਾਦ ਦੀ। ਸੱਚੇ ਗੁਰੂ ਦੀ ਬਖਸ਼ਿਸ਼ ਹੋਏ ਤਾਂ ਇਹ ਚੇਤਨਾ ਸਾਡੀ, ਜਿਹਨੂੰ ਕੌਂਸ਼ੀਅਸ ਕਹਿੰਦੇ ਹਾਂ, ਇਹ ਉਹਨੂੰ ਮਾਣ ਸਕੇ, ਸਾਨੂੰ ਅਹਿਸਾਸ ਹੋਏ ਅਸੀਂ ਓਅੰਕਾਰ ਦਾ ਰੂਪ ਹਾਂ। ਸੋ ਮਹਾਰਾਜ ਉਸ ਚੀਜ਼ ਨੂੰ ਬਿਆਨ ਕਰਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਭੈਰੋ, ਭੈਰੋ ਰਾਗ ਦਾ ਸ਼ਬਦ, ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਪਹਿਲੇ ਜਾਮੇ 'ਚ ਇਸਨੂੰ ਉਚਰਿਤ ਕਰ ਰਹੇ ਨੇ। ਕਰ ਦੂਜਾ ਗਾਇਨ ਕਰਨ ਵਾਸਤੇ ਹਿਦਾਇਤ, ਬੀਤੇ ਦੇ ਵਿੱਚ ਪਿਛਲਾ ਸ਼ਬਦ ਜੋ ਆਇਆ ਉਹ ਕਰ ਪਹਿਲਾ ਸੀ, ਮੁਰਾਦ ਉਸਨੂੰ ਜਦੋਂ ਗਾਇਨ ਕਰਨਾ ਹੈ ਤਾਂ ਤਾਲ ਲਈ ਪਹਿਲੇ ਘਰ ਨੂੰ ਇਸਤੇਮਾਲ ਕਰਨਾ ਹੈ। ਇਹਦੇ ਵਿੱਚ ਘਰ ਦੂਜਾ ਤਾਲ ਗੋਚਰੇ ਦੂਸਰੇ ਘਰ ਦਾ ਇਸਤੇਮਾਲ ਕਰਨਾ ਹੈ। ਹੁਣ ਆਪਾਂ ਸ਼ਬਦ ਰਹਾਓ ਦੇ ਬੰਨ ਤੋਂ ਦੇਖਦੇ ਹਾਂ। ਸਾਹਿਬ ਜ਼ਿਕਰ ਕਰਦੇ ਨੇ, ਭਵਜਲ ਬਿਨ ਸ਼ਬਦ ਹੈ ਕਿਉਂ ਤਰੀਆ, ਨਾਮ ਬਿਨਾ ਜਗ ਰੋਗ ਬਿਆਪਿਆ, ਡੁੱਬਦਾ ਡੁੱਬ ਡੁੱਬ ਮਰੀ ਹੈ ਰਹਾਓ। ਭਵਜਲ ਬਿਨ ਸ਼ਬਦ ਹੈ ਕਿਉਂ ਤਰੀਆ। ਸਿੱਖ ਦੇ ਤੌਰ 'ਤੇ ਸਾਡਾ ਗੁਰੂ ਸ਼ਬਦ ਗੁਰੂ ਹੈ, ਅਤੇ ਉਸ ਸ਼ਬਦ ਗੁਰੂ ਦੇ ਸੰਕਲਪ ਨੂੰ, ਉਹਦੇ ਆਈਡੀਏ ਨੂੰ, ਉਹਦੀ ਜਿਹੜੀ ਇੰਪੋਰਟੈਂਸ ਆ, ਮਹੱਤਤਾ ਹੈ, ਉਸਨੂੰ ਅਸੀਂ ਕਿੰਨਾ ਕੁ ਸਮਝਦੇ ਹਾਂ, ਇਸ ਬਾਬਤ ਅੰਦਾਜ਼ਾ ਸਾਨੂੰ ਲੱਗ ਹੀ ਜਾਂਦਾ ਆ ਜਦੋਂ ਅਸੀਂ ਦੇਖੀਏ ਸਾਡੇ ਘਰ ਦੇ ਵਿੱਚ ਐਜ਼ ਏ ਕਮਿਊਨਿਟੀ ਆਲੇ ਦੁਆਲੇ ਕਿਤਨੀ ਵਿਅਕਤੀ ਪੂਜਾ ਹੋ ਰਹੀ ਹੈ, ਕਿਤਨਾ ਡੇਰਾਵਾਦ ਪਸਰ ਰਿਹਾ ਹੈ, ਕਿਸ ਰੂਪ ਦੇ ਵਿੱਚ ਅਸੀਂ ਸਾਰਾ ਕੁਝ ਦੇਖ ਰਹੇ ਹਾਂ ਕਿ ਉਸ ਸ਼ਬਦ ਗੁਰੂ ਦੇ ਕੌਨਸੈਪਟ ਦੇ ਓਪੋਜ਼ਿਟ, ਮਤਲਬ ਅਜੀਬ ਤਰ੍ਹਾਂ ਦਾ ਗੁਰੂ ਡੰਮ ਅਸੀਂ ਡਿਵੈਲਪ ਕੀਤਾ ਆ। ਅਤੇ ਪੰਜਾਬ ਦੀ ਫਿਜ਼ਾਨ ਦੇ 'ਚ ਤੁਹਾਨੂੰ ਇਹ ਸਭ ਕੁਝ ਦੇਖਦਾ, ਜਿੱਥੇ ਜਿੱਥੇ ਪੰਜਾਬੀ ਜ਼ਬਾਨ ਬੋਲਣ ਵਾਲੇ ਖਾਸ ਕਰਕੇ ਸਿੱਖ ਪਰਿਵਾਰ ਦੇ 'ਚੋਂ ਜਨਮੇ ਵੱਡੇ ਹੋਏ ਲੋਕ ਗਏ, ਉਹਨਾਂ ਨਾਲ ਇਹ ਚੀਜ਼ਾਂ ਵੀ ਨਾਲ ਹੀ ਗਈਆਂ ਨੇ, ਅਸੀਂ ਸਾਰਾ ਦੇਖ ਰਹੇ ਹਾਂ। ਜਦੋਂ ਬਾਣੀ ਨੂੰ ਥੋੜ੍ਹਾ ਧਿਆਨ ਨਾਲ ਪੜ੍ਹਦੇ ਹਾਂ ਤਾਂ ਬਾਣੀ ਵਾਰ ਵਾਰ ਇਸੇ ਚੀਜ਼ 'ਤੇ ਜ਼ੋਰ ਦਿੰਦੀ ਹੈ, ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਕਲਿਆਣ ਕਰੇਗਾ, ਸ਼ਬਦ ਹੀ ਤੁਹਾਡਾ ਅਸਲ 'ਚ ਭਲਾ ਕਰੇਗਾ। ਇਸ ਤਰ੍ਹਾਂ ਜਾਣੋ, ਮੈਨੂੰ ਲੱਗੀ ਹੋਏ ਪਿਆਸ ਅਤੇ ਮੈਂ ਪੀਣਾ ਪਾਣੀ, ਪਾਣੀ ਪੀਣ ਵਾਸਤੇ ਮੈਂ ਗਲਾਸ ਦਾ ਇਸਤੇਮਾਲ ਵੀ ਕਰ ਸਕਦਾ, ਜੇ ਗਲਾਸ ਅਵੇਲੇਬਲ ਨਹੀਂ ਤਾਂ ਕੋਈ ਛੋਟੀ ਕੌਲੀ ਅਵੇਲੇਬਲ ਹੈ ਮੈਂ ਉਹਦਾ ਇਸਤੇਮਾਲ ਵੀ ਕਰ ਸਕਦਾ। ਮੈਂ ਹੋ ਸਕਦਾ ਆ ਕੋਈ ਕੌਲੀ ਵੀ ਅਵੇਲੇਬਲ ਨਹੀਂ, ਵੱਡੀ ਸਾਰੀ ਕੋਈ ਪਲੇਟ ਕੋਈ ਥਾਲੀ ਅਵੇਲੇਬਲ ਆ ਉਹਦੇ 'ਚ ਪਾ ਕੇ ਪੀ ਸਕਦਾ ਹਾਂ। ਸੋ ਐਟ ਦਾ ਐਂਡ ਮੇਰੀ ਜਿਹੜੀ ਪਿਆਸ ਆ ਉਹ ਪਾਣੀ ਨੇ ਦੂਰ ਕਰਨੀ ਹੈ। ਕੌਲੀ, ਗਲਾਸ,
ਥਾਲੀ ਜਾਂ ਕੋਈ ਛੰਨਾ ਕੋਈ ਵੀ ਚੀਜ਼, ਇਹ ਸਿਰਫ ਉਸ ਪਾਣੀ ਨੂੰ ਮੇਰੇ ਤੱਕ ਪਹੁੰਚਦਾ ਕਰਨ ਦਾ ਇੱਕ ਜ਼ਰੀਆ ਹੈ। ਐਟ ਦਾ ਐਂਡ ਸਾਡਾ ਕਲਿਆਣ ਕਰਨਾ ਸ਼ਬਦ ਨੇ। ਉਸ ਸ਼ਬਦ ਨੂੰ ਸਾਡੇ ਤੱਕ ਪਹੁੰਚਦਾ ਕਰਨ ਵਾਸਤੇ ਕੋਈ ਸ਼ਖਸ ਵੀ ਹੋ ਸਕਦਾ। ਉਸ ਨੂੰ ਤੁਸੀਂ ਪ੍ਰਚਾਰਕ ਕਹਿ ਲਓ, ਉਸ ਨੂੰ ਤੁਸੀਂ ਕੋਈ ਗ੍ਰੰਥੀ ਕਹਿ ਲਓ, ਕੋਈ ਗਿਆਨੀ ਕਹਿ ਲਓ, ਇਹ ਵੀ ਹੋ ਸਕਦਾ ਬੜੇ ਮਾਨ ਮਨੋਵਰ ਤੁਸੀਂ ਉਸਨੂੰ ਕੋਈ ਸੰਤ ਕਹਿ ਦਿਓ, ਤੁਸੀਂ ਉਹਨੂੰ ਕੋਈ ਸਾਧੂ ਕਹਿ ਦਿਓ। ਪਰ ਇਨਡੀਡ ਜਿਹੜਾ ਗੁਰੂ ਤੱਤ ਆ ਉਸ ਸ਼ਖਸ 'ਚ ਨਹੀਂ ਗਾ, ਉਹ ਸ਼ਬਦ 'ਚ ਹੈ। ਉਹ ਲਫਜ਼ਾਂ ਅਲਫਾਜ਼ਾਂ ਹਰਫਾਂ ਅੱਖਰਾਂ ਦੇ ਵਿੱਚ ਆ, ਉਹਨਾਂ ਬੋਲਾਂ ਦੇ ਵਿੱਚ ਆ, ਜਿਨ੍ਹਾਂ ਬੋਲਾਂ ਦੇ ਸਦਕਾ ਸਾਨੂੰ ਉਹ ਵਿਵੇਕ ਅਤੇ ਜੋਤ ਮਿਲੇਗੀ। ਪਰ ਹੁੰਦਾ ਇਹ ਹੈ ਜੋ ਸ਼ਬਦ ਬੋਲਣ ਵਾਲਾ ਹੈ, ਜੋ ਲਫਜ਼ਾਂ ਨੂੰ ਕਹਿਣ ਵਾਲਾ ਆ, ਕਿਸੇ ਰੂਪ ਦੇ ਵਿੱਚ ਵੀ ਉਹੀ ਕਈ ਵਾਰੀ ਆਪਣੇ ਆਪ ਨੂੰ ਕਹਿੰਦਾ ਵੀ ਬਸ ਮੈਨੂੰ ਹੀ ਤੁਸੀਂ ਸਮਝ ਲਓ। ਦਲੀਲ ਕਈ ਵਾਰੀ ਦਿੱਤੀ ਜਾਂਦੀ ਹੈ ਵੀ ਸਪੋਜ਼ ਕਿਸੇ ਦਾ ਹਸਬੈਂਡ ਪਤੀ ਕਿਤੇ ਦੂਰ ਕੰਮ 'ਤੇ ਕਾਰਜ ਵਾਸਤੇ ਕਿਸੇ ਕੰਮ ਕਾਜ ਲਈ ਰਹਿੰਦਾ ਆ, ਘਰ ਚਿੱਠੀ ਲਿਖਦਾ ਹੈ, ਜੋ ਵਾਈਫ ਆ ਘਰ ਉਹ ਅੱਖਰ ਨਹੀਂ ਜਾਣਦੇ, ਅਨਪੜ੍ਹ ਆ, ਉਹ ਚਿੱਠੀ ਚੁੱਕ ਕੇ ਗੁਆਂਢੀ ਕੋਈ ਉਹਨਾਂ ਦਾ ਹੈਗਾ ਨੇਬਰ ਉਹਦੇ ਕੋਲ ਪੜ੍ਹਾਉਣ ਵਾਸਤੇ ਜਾਂਦੀ ਹੈ, ਅਤੇ ਉਹ ਉੱਥੇ ਉਹ ਚਿੱਠੀ ਪੜ੍ਹਨੀ ਸ਼ੁਰੂ ਕਰਦਾ ਆ, ਉਹ ਚਿੱਠੀ ਪੜ੍ਹਨੀ ਸ਼ੁਰੂ ਕਰਦਾ ਅਤੇ ਚਿੱਠੀ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਮੇਰੀ ਪਿਆਰੀ ਪਤਨੀ। ਉਹਨਾਂ ਨੇ ਲਿਖਿਆ ਉਸਨੂੰ, ਉਹ ਪੜ੍ਹਦਾ ਆ, ਉਹ ਪਤਨੀ ਸੁਣਦੀ ਹੈ, ਹੁੰਗਾਰਾ ਦਿੰਦੀ ਹੈ, ਹਾਂ ਬਿਲਕੁਲ ਠੀਕ ਹੈ। ਪਰ ਇਹਦਾ ਮਾਇਨਾ ਇਹ ਥੋੜ੍ਹਾ ਆ, ਜਿਹੜਾ ਚਿੱਠੀ ਪੜ੍ਹ ਰਿਹਾ ਉਹ ਇਹ ਸਮਝ ਲਏ ਕਿ ਇਹ ਮੈਨੂੰ ਹੀ ਹੁੰਗਾਰਾ ਦੇ ਰਹੀ ਹੈ ਜਾਂ ਮੈਂ ਹੀ ਇਹਦਾ ਪਤੀ ਬਣ ਗਿਆ ਹਾਂ। ਨਾ, ਉਹ ਤਾਂ ਸਿਰਫ ਇੱਕ ਉਹਨੂੰ ਮੈਸੇਜ ਨੂੰ ਕਨਵੇ ਕਰ ਰਿਹਾ ਉੱਥੇ ਉਸ ਰੂਪ ਦੇ ਅੰਦਰ। ਜਿਹੜਾ ਇਹ ਗਿਆਨ ਆ ਧਾਰਮਿਕ ਜਾਂ ਅਧਿਆਤਮਿਕ ਇਸ ਰੂਪ ਵਿੱਚ ਲਿਆ ਜਾਏ, ਇਹ ਤਾਂ ਪੁਸ਼ਤਾਂ ਤੋਂ ਕੁਦਰਤ ਨੇ ਕਰਤਾਰੀ ਹੁਕਮ ਦੇ 'ਚ ਸਾਨੂੰ ਬਖਸ਼ਿਆ ਹੈ। ਅਸੀਂ ਹੌਲੀ ਹੌਲੀ ਉਹਨੂੰ ਮਾਣਦੇ ਹਾਂ। ਇਸੇ ਕਰਕੇ ਗੁਰੂ ਬਾਬਾ ਜੀ ਨੇ ਬਚਨ ਕਿਹਾ, ਮਹਾਰਾਜ ਕਹਿੰਦੇ ਕਿ ਜੇ ਆਪਾਂ ਵੇਦ ਪੁਰਾਣ ਸਿਮ੍ਰਿਤੀਆਂ ਕੁਰਾਨ ਕਿਤੇਬ ਜੋ ਵੀ ਪੜ੍ਹਦੇ ਹਾਂ ਇਹਨਾਂ ਨੂੰ ਸੁੱਟ ਪਾਉਣ ਦੀ ਲੋੜ ਨਹੀਂ ਗੀ। ਪੜ੍ਹੋ ਇਹਨਾਂ ਨੂੰ, ਸਮਝੋ ਇਹਨਾਂ ਨੂੰ, ਜਾਣੋ ਇਹਨਾਂ ਨੂੰ। ਪਰ ਇਹ ਹੈ, ਇਹ ਸਭ ਸਮਝਦਿਆਂ ਜਾਣਦਿਆਂ ਹੋਇਆ ਤੁਸੀਂ ਆਪਣੀ ਆਤਮਕ ਉਸਾਰੀ ਕਰਨੀ ਹੈ, ਚੰਗੇ ਮਨੁੱਖ ਬਣਨਾ ਹੈ, ਗੁਣ ਗ੍ਰਹਿਣ ਕਰਨੇ ਨੇ। ਗੁਣਾਂ ਦੇ ਪੱਖ 'ਚ ਤੁਸੀਂ ਉਚੇਰੇ ਹੋਵੋਗੇ, ਤੁਸੀਂ ਜੀਵਨ ਦਾ ਸੁੱਖ ਮਾਣ ਸਕੋਗੇ। ਪਰ ਹੋਇਆ ਕਿ ਬੰਦਾ ਆਈਦਰ ਵੱਖਰੇ ਵੱਖਰੇ ਧਰਮਾਂ 'ਚ ਵੰਡਿਆ ਗਿਆ ਇਸ ਸਾਰੇ ਰੂਪ ਨੂੰ ਲੈ ਕੇ, ਅਤੇ ਲੜਾਈ ਝਗੜਾ ਮੁਫਾਦ ਪਾ ਲਿਆ। ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਪੜ੍ਹੀਏ, ਫਿਰ ਮੈਂ ਬਚਨ 'ਤੇ ਵਾਪਸ ਆ ਜਾਂਦਾ ਕਿਉਂਕਿ ਬਾਤ ਨਹੀਂ ਤਾਂ ਲੰਬੀ ਹੋ ਜਾਏਗੀ। ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਸੱਚ ਸੁਣੋ, ਸੱਚ ਬੋਲੋ, ਅਖੀਰ ਮੰਜ਼ਲੇ ਮਕਸੂਦ ਹੈ ਸੱਚ ਨੂੰ ਮੰਨ ਲਵੋ, ਸਚਿਆਰ ਤਾਂ ਹੋਵੋਗੇ। ਮੈਂ ਫਿਰ ਦੁਹਰਾ ਦਿੰਦਾ ਵਾਂ, ਸੱਚ ਸੁਣੋ, ਸੱਚ ਬੋਲੋ, ਅਤੇ ਅਖੀਰ ਦੇ ਵਿੱਚ ਸੱਚ ਨੂੰ ਮੰਨ ਲਵੋ, ਸਚਿਆਰ ਹੋ ਜਾਓਗੇ। ਇਹੀ ਕੌਨਸੈਪਟ ਆ। ਬਾਬਾ ਜੀ ਨੇ ਜਪਜੀ ਸਾਹਿਬ 'ਚ ਇਹੀ ਲਿਖਿਆ, ਕਿਹਾ ਉਸਨੂੰ ਗਾਓ। ਕੋਈ ਉਸਨੂੰ ਗਾ ਰਿਹਾ ਹੈ, ਮਹਾਰਾਜ ਬਿਆਨ ਕਰਦੇ ਕਿ ਕੋਈ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣਾ ਨਿਸਾਨ, ਗਾਵੈ ਕੋ ਗੁਣ ਵਡਿਆਈਆਂ ਚਾਰ। ਗਾ ਉਸਨੂੰ, ਸੁਣ ਵੀ ਉਸਨੂੰ, ਇਹਦੇ ਨਾਲ ਸੁਣਿਆ ਸਿੱਧ ਪੀਰ ਸੁਰਨਾਸ, ਸੁਣਿਆ ਧਰਤ ਤਵਲ ਆਕਾਸ, ਤੇਰੀ ਕੁਝ ਬਾਤ ਬਣੇਗੀ। ਗਾ ਵੀ ਹੈ, ਸੁਣੀਐ, ਮਨ ਰੱਖੀਐ ਪਾਓ, ਆਹ ਵੀ ਕਾਰਜ ਕਰ, ਫਿਰ ਕਿਆ ਇਹਦੇ 'ਚੋਂ ਤੈਨੂੰ ਮੰਨਣ ਦੀ ਐਬਿਲਿਟੀ ਆ ਜਾਏਗੀ, ਸਮਰੱਥਾ ਆ ਜਾਏਗੀ। ਫਿਰ ਮਹਾਰਾਜ ਨੇ ਉਹਦੀ ਬਾਤ ਕੀਤੀ, ਮੰਨੇ ਕਿ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛੁਤਾਏ। ਫਿਰ ਜਦੋਂ ਸੱਚ ਨੂੰ ਮੰਨ ਲਿਆ ਤਾਂ ਮਹਾਰਾਜ ਕਹਿੰਦੇ ਇੱਕ ਸਮਾਂ ਆਵੇਗਾ ਜਦੋਂ ਤੈਨੂੰ ਇਹ ਸਮਰੱਥਾ ਮਿਲੇਗੀ ਕਿ
ਤੇਰਾ ਅਸਲ ਧਰਮ ਦੇ ਨਾਲ ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਤੇਰਾ ਸੰਬੰਧ, ਤੇਰਾ ਰਿਸ਼ਤਾ ਦੁਨੀਆ ਦੇ ਅਸਲ ਧਰਮ ਨਾਲ ਜੁੜੇਗਾ, ਇਨਸਾਨੀ ਧਰਮ ਨਾਲ। ਤੂੰ ਵਾਕਿਆ 'ਚ ਆਪਣੇ ਵਿੱਚੋਂ ਇਨਸਾਨ ਦੇਖ ਸਕੇਗਾ, ਦੂਜੇ 'ਚੋਂ ਇਨਸਾਨ ਦੇਖ ਸਕੇਗਾ। ਜਿਹੜੇ ਮਗ ਨਾ ਚੱਲੈ ਪੰਥ, ਜਿਹੜੇ ਆ ਮਾਰਗ ਬਣਾਏ ਨੇ, ਪੰਥ ਬਣਾਏ ਨੇ ਮਜ਼ਹਬ ਵਗੈਰਾ ਦੇ ਸਾਰੇ, ਇਹ ਫਿਰ ਤੈਨੂੰ ਸਮਝ ਆਏਗੀ। ਹਾਂ, ਬੰਦਿਆਂ ਦੇ ਆਪਾਂ ਆਪਣੇ ਤਰੀਕੇ ਨੇ ਸੋਚਣ ਦੇ, ਆਪਾਂ ਆਪਣੇ ਤਰੀਕੇ ਨੇ ਪੂਜਾ ਅਰਚਨਾ ਦੇ, ਇਬਾਦਤ ਦੇ, ਬਾਕੀ ਧਰਮ 'ਤੇ ਸਾਂਝ ਆਈਏ। ਇੱਥੋਂ ਤੱਕ ਬੰਦੇ ਨੇ ਪਹੁੰਚਣਾ ਅਤੇ ਪਹੁੰਚਾਏਗਾ ਹੋਰ ਕੁਛ ਨਹੀਂ, ਸ਼ਬਦ, ਗਿਆਨ, ਸੋਝੀ, ਇਹ ਸਭ। ਅੱਜ ਦਾ ਬਚਨ ਮਹਾਰਾਜ ਨੇ ਜੋ ਜ਼ਿਕਰ ਕੀਤਾ, ਇਹਦੇ 'ਚ ਭਵਜਲ ਬਿਨ ਸ਼ਬਦ ਹੈ ਕਿਉਂ ਤਰੀ ਹੈ। ਭਵਜਲ ਇੱਕ ਡਰ ਦਾ ਸਾਗਰ, ਭਵ ਕਹਿੰਦੇ ਨੇ ਡਰ ਨੂੰ, ਜਲ ਕਹਿੰਦੇ ਨੇ ਪਾਣੀ ਨੂੰ। ਇੱਕ ਐਸਾ ਸਮੁੰਦ, ਇੱਕ ਐਸਾ ਜਲ ਜਿਹਦੇ 'ਚ ਡਰ ਪਿਆ ਹੈ। ਅਤੇ ਪੋਸੀਬਿਲਿਟੀ ਹੈ, ਸੰਸਾਰਕ ਤੌਰ 'ਤੇ ਦੇਖੀਏ ਅਤੇ ਧਾਰਮਿਕ ਲੋਕ ਆਪਣੇ ਆਪ ਨੂੰ ਵੱਖਰੇ ਵੱਖਰੇ ਧਰਮਾਂ ਨੂੰ ਮੰਨਣ ਵਾਲੇ, ਖਾਉਣ ਵਾਲੇ, ਇੱਕ ਦੂਜੇ ਦੇ ਵੈਰੀ, ਦੁਸ਼ਮਣ, ਕਤਲੋ ਗਾਰਤ, ਜੋ ਕੁਛ ਮਤਲਬ ਚਾਰ ਚੁਫੇਰੇ ਹੋ ਰਿਹਾ ਆਪਾਂ ਦੇਖ ਹੀ ਰਹੇ ਹਾਂ। ਨਫ਼ਰਤਾਂ ਦੇ ਬੀਜ ਬੀਜੇ ਜਾ ਰਹੇ ਨੇ, ਈਰਖਾ, ਦਵੈਕ, ਸਾੜਾ, ਇਹ ਸਾਰਾ ਕੁਛ ਹੋ ਰਿਹਾ। ਭਵਜਲ, ਇਸ ਤੋਂ ਹੋਰ ਅੱਗੇ ਜਾਈਏ, ਮਨੁੱਖ ਦਾ ਆਪਣਾ ਆਦਤਾਨਾ ਪੱਖ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਗੋਤੇ ਖਾ ਰਿਹਾ ਬੰਦਾ ਉਹਦੇ 'ਚ। ਇਸ ਤੋਂ ਥੋੜ੍ਹਾ ਹੋਰ ਅੱਗੇ ਜਾਈਏ, ਮਤਲਬ ਜੀਵਨ ਦੀਆਂ ਛੋਟੀਆਂ ਛੋਟੀਆਂ ਆਦਤਾਂ, ਆਲਸ, ਈਰਖਾ, ਦਵੈਖ, ਇਹਦੇ 'ਚ ਬੰਦਾ ਡੁੱਬ ਰਿਹਾ। ਹੋਰ ਭਵਜਲ ਕਿੱਥੋਂ ਆਉਣਾ? ਇਹੀ ਲਹਿਰਾਂ ਨੇ। ਇੱਕ ਘਰ ਦੇ ਵਿੱਚ ਦੋ ਜੀ ਰਹਿੰਦੇ ਨੇ, ਇੱਕ ਦੂਜੇ ਦੀ ਗੱਲ ਬਰਦਾਸ਼ਤ ਨਹੀਂ ਕਰਦੇ। ਉਹਦੇ ਨਾਲ ਹੁੰਦਾ ਕੀ ਹੈ, ਘਰ ਦਾ ਮਾਹੌਲ ਸਾੜੇ ਦਾ, ਲੜਾਈ ਦਾ, ਕਲੇਸ਼ ਦਾ, ਕੋਈ ਹੋਰ ਭਵਜਲ ਕਿਹੜਾ ਆ? ਇਸ ਘਰ ਦੇ, ਇਸ ਮਾਹੌਲ ਦੇ ਵਿੱਚ ਘਰ ਦਾ ਸੁੱਖ ਮਰ ਗਿਆ, ਸ਼ਾਂਤੀ ਮਰ ਗਈ, ਘਰ ਦੀ ਚੜ੍ਹਦੀ ਕਲਾ ਮਰ ਗਈ, ਚੜ੍ਹਦੇ ਘਰ ਦੇ ਵਿੱਚ ਜੋ ਕੁਝ ਵੀ ਬਰਕਤਾਂ, ਨਿਆਮਤਾਂ ਆਉਣੀਆਂ ਸਭ ਮਰ ਗਈਆਂ, ਇੱਦੂ ਵੱਡਾ ਭਵਜਲ ਕੀ ਹੋ ਸਕਦਾ? ਇਹੀ ਸਭ ਕੁਛ ਆ। ਗੁਰੂ ਬਾਬਾ ਜੀ ਕਹਿੰਦੇ ਇਸ ਭਵਜਲ ਤੋਂ ਪਾਰ ਹੋਇਆ ਜਾ ਸਕਦਾ। ਮਹਾਰਾਜ, ਕਿਵੇਂ ਹੋਇਆ ਜਾ ਸਕਦਾ? ਬਾਬਾ ਜੀ ਨੇ ਕਿਹਾ ਭਵਜਲ ਇਕੱਲਾ ਪੜ੍ਹ ਕੇ ਪੌਜ਼ ਦੇ ਕੇ ਬਿਨ ਸ਼ਬਦ ਹੈ ਕਿਉਂ ਤਰੀਏ, ਬਿਨਾਂ ਸ਼ਬਦ ਤੋਂ ਕਿਵੇਂ ਤਰੇਗਾ ਤੂੰ? ਇਹਦੇ ਲਈ ਤੈਨੂੰ ਸ਼ਬਦ ਦੀ ਬੇੜੀ 'ਚ ਬੈਠਣਾ ਪਏਗਾ। ਆਪਾਂ ਬਾਣੀ 'ਚ ਫਿਰ ਆ ਜਾਂਦੇ ਹਾਂ, ਸ਼ਬਦ ਪੜ੍ਹਦੇ ਹਾਂ। ਜਿਉਂ ਮੰਦਰ ਕੋ ਥੰਮ ਹੈ ਥੰਮਨ, ਗੁਰ ਕਾ ਸ਼ਬਦ ਮਨ ਹੈ ਅਸਥੰਬਨ। ਜਿਉਂ ਪਾਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਇਸ ਤੋਂ ਵਧੀਆ ਮਿਸਾਲ ਕੀ ਕੋਈ ਦਏਗਾ ਅਤੇ ਕੀ ਕੋਈ ਪੜ੍ਹੇਗਾ? ਜਿਉਂ ਮੰਦਰ ਕੋ ਥੰਮ ਹੈ ਥੰਮਨ, ਏਡਾ ਵੱਡਾ ਬਿਲਡਿੰਗ ਬਣੀ ਹੈ ਸਾਡੇ ਸਿਰ ਦੇ ਉੱਤੇ, ਆਪ ਦੇਖਦੇ ਹੋ ਇੰਨਾ ਸਾਡੇ ਕੋਲ ਸਪੇਸ ਆ ਬਹਿਣ ਵਾਸਤੇ, ਏਡੀ ਸਟਰੋਂਗ ਛੱਤ ਉੱਤੇ ਪਈ ਹੈ, ਸਭ ਤਰ੍ਹਾਂ ਦੀ ਮੌਸਮ, ਹਨੇਰੀ, ਸਭ ਕਾਸੇ ਤੋਂ ਉਹਨੇ ਇਸ ਬਿਲਡਿੰਗ ਨੂੰ, ਸਾਰੇ ਕਾਸੇ ਨੂੰ ਬਚਾਉਣਾ ਹੈ। ਉਹ ਸਾਰੇ ਨੂੰ ਚੁੱਕਿਆ ਕਿੰਨਾ ਆ? ਆਹ ਕੁਝ ਥੰਮਲਿਆਂ ਨੇ, ਆਹ ਦੇਖੋ, ਇੰਨਾ ਕੁ ਸਪੇਸ ਕੈਰੀ ਕੀਤਾ ਉਹਨਾਂ ਨੇ, ਸਾਰੇ ਛੱਤ ਦਾ ਵਜ਼ਨ ਉਹਨਾਂ ਨੇ ਆਪਣੇ ਉੱਤੇ ਚੁੱਕ ਲਿਆ। ਐਗਜੈਕਟਲੀ ਇਨ ਬਿੰਨ ਆ ਜ਼ਿੰਦਗੀ ਦੇ ਵਿੱਚ, ਗੱਲਾਂ, ਬਾਤਾਂ, ਅਲਫਾਜ਼, ਹਰਫ ਸਾਰੇ ਹੀ ਹੋਣਗੇ ਸਾਡੇ ਕੋਲ, ਸਾਡੀ ਆਪਣੀ ਮੱਤ ਵੀ ਹੋਏਗੀ, ਕਿਸੇ ਦੀ ਦਿੱਤੀ ਮੱਤ ਵੀ ਹੋਏਗੀ, ਸਭ ਚੀਜ਼ਾਂ, ਪਰ ਕੁਝ ਮੱਤ ਐਸੀ ਹੁੰਦੀ ਹੈ ਜਿਹੜੀ ਥੰਮ ਦੀ ਤਰ੍ਹਾਂ ਖੜਦੀ ਹੈ, ਇਹ ਸ਼ਬਦ ਹੈ। ਗੁਰੂ ਕਾ ਹੁਕਮ ਐਵੇਂ ਹੁੰਦਾ, ਜਦੋਂ ਬੰਦਾ ਸਾਰੀਆਂ ਗੱਲਾਂ ਨੂੰ ਵਿਰਾਮ ਦੇਣਾ ਹੋਏ ਤਾਂ ਕਹੇ ਭਾਈ ਇੱਥੇ ਮੇਰੇ ਗੁਰੂ ਕਾ ਹੁਕਮ ਹੈ, ਇਹ ਥੰਮ ਹੈ, ਇਹਦੇ 'ਤੇ ਚੀਜ਼ ਖੜ ਜਾਂਦੀ ਆ ਕੇ। ਮੈਂ ਕਿਸੇ ਦੇ ਪ੍ਰਤੀ, ਜਿਵੇਂ ਬਾਬਾ ਜੀ ਬੜਾ ਸਰਲ ਆ, ਬਾਣੀ ਦੇ ਜਿੰਨੇ ਨੇੜੇ ਜਾਵਾਂਗੇ, ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ, ਪਰਾਇਆ ਬੁਰਾ ਆਪਣੇ ਚੇਤੇ 'ਚ ਨਾ ਲੈ ਕੇ ਆ।
ਮਹਾਰਾਜ ਬੜਾ ਔਖਾ ਆ, ਮਾੜੀ ਮਾੜੀ ਗੱਲ 'ਤੇ ਅੰਦਰੋਂ 'ਤੇ ਆਵਾਜ਼ਾਂ ਨਿਕਲਦੀਆਂ ਨੇ ਵੀ ਓ ਹੋ ਹੋ ਇਹ ਫਲਾਣੇ ਨੂੰ ਪੱਗ ਬੱਜ ਰਹੀ ਹੈ ਤਾਂ ਨਹੀਂ ਬੱਜਣੀ ਚਾਹੀਦੀ ਅਤੇ ਲੈਣੀ ਚਾਹੀਦੀ ਸੀ ਪੱਗ ਇਹਦੀ, ਫਲਾਣੇ ਨੂੰ ਸੁੱਖ ਹੋ ਰਿਹਾ ਓ ਹੋ ਹੋ ਇਹ ਤਾਂ ਨਹੀਂ ਸੀ ਹੋਣਾ ਚਾਹੀਦਾ, ਇਹ ਤਾਂ ਮੇਰਾ ਦੁਸ਼ਮਣ ਸੀ ਲੱਗਦੀ ਸੀ ਮੇਰੀ ਇਹਦੇ ਨਾਲ, ਇਹ ਬੜਾ ਸਿਹਤਯਾਬ ਹੋ ਰਿਹਾ ਤਾਂ ਨਹੀਂ ਸੀ ਹੋਣਾ ਚਾਹੀਦਾ, ਅਤੇ ਮਤਲਬ ਅੰਦਰ ਤਾਂ ਮਨ ਵਲਵਲੇ ਲੈਂਦਾ ਮਹਾਰਾਜ ਇਸ ਮਨ ਨੂੰ ਕਿਉਂ ਰੋਕਾਂ ਮੈਂ, ਵਧੀਆ ਆ ਮੌਜਾਂ ਕਰਦਾ ਆ ਆਪਣੇ ਆਪ ਵਿੱਚ ਆਪਣੀਆਂ ਖਿਆਲਾਂ ਦੀ ਦੁਨੀਆਂ 'ਚ ਗਵਾਚਦਾ ਆ, ਇਮੈਜਿਨ ਕਰਦਾ ਰੋਜ਼, ਜਿਵੇਂ ਕਹਿੰਦੇ ਵੀ ਕਾਂ ਰੋਜ਼ ਇਮੈਜਿਨ ਕਰਦੇ ਨੇ ਵੀ ਆਹ ਫਲਾਣਾ ਬੁਲਦ ਵੀ ਮਰੇਗਾ, ਫਲਾਣਾ ਵੀ ਡੰਗਰ ਮਰੇਗਾ, ਮੈਂ ਖਾਵਾਂਗਾ ਚੁੰਝਾਂ ਮਾਰ ਮਾਰ ਕੇ, ਮਨ ਇਸ ਰੂਪ ਦੇ ਵਿੱਚ ਕਲਪਦਾ ਅਲਾਪਦਾ। ਇਹ ਤੁਸੀਂ ਕਹਿੰਦੇ ਹੋ ਨਾ ਆਪਣੇ ਚਿੱਤ ਵਿੱਚੋਂ ਝਾੜੂ ਮਾਰ ਕੱਢਦੇ ਬਾਹਰ, ਦੇਰ ਇਜ਼ ਨੋ ਨੀਡ ਟੂ ਥਿੰਕ ਲਾਈਕ ਦੈਟ, ਕੋਈ ਜ਼ਰੂਰਤ ਨਹੀਂ ਇਸ ਤਰੀਕੇ ਨਾਲ ਸੋਚਣ ਦੀ। ਬਾਬਾ ਜੀ ਕੀ ਫਾਇਦਾ, ਐਟਲੀਸਟ ਮਨ ਦੀ ਇੰਟਰਟੇਨਮੈਂਟ ਤਾਂ ਹੁੰਦੀ ਹੈ, ਕੋਈ ਮਰੇ ਨਾ ਮਰੇ ਘੱਟ ਤੋਂ ਘੱਟ ਮਨ 'ਤੇ ਸੋਚਦਾ ਵੀ ਇਹ ਮਰੇਗਾ ਇੱਕ ਦਿਨ, ਮਨ 'ਤੇ ਸੋਚਦਾ ਇਹ ਉਜੜੇਗਾ, ਇਹ ਬਰਬਾਦ ਹੋਏਗਾ, ਇਹ ਤਬਾਹ ਹੋਏਗਾ, ਮੇਰੇ ਮਨੋਂ ਇਸ ਕਿਸਮ ਦੀਆਂ ਬਦ ਅਸੀਸਾਂ ਨਿਕਲਦੀਆਂ ਨੇ, ਐਟਲੀਸਟ ਮੇਰਾ ਤਾਂ ਚਿੱਤ ਰਾਜੀ ਰਹਿੰਦਾ ਇਹਦੇ ਨਾਲ। ਬਾਬਾ ਜੀ ਕਹਿੰਦੇ ਨਾ, ਪਰਕਾ ਬੁਰਾ ਨਾ ਰੱਖੋ ਚੀਤ। ਮਹਾਰਾਜ ਫਾਇਦਾ ਕੀ ਹੈ, ਸਾਹਿਬ ਕਹਿੰਦੇ ਤੁਮਕੋ ਦੁੱਖ ਨਹੀਂ ਭਾਈ ਮੀਤ, ਮੇਰੇ ਮਿੱਤ ਤੈਨੂੰ ਜ਼ਿੰਦਗੀ ਦਾ ਕੋਈ ਦੁੱਖ ਨਹੀਂ ਵਿਆਪੇਗਾ। ਕਿੱਡੀ ਕਮਾਲ ਆ, ਆਹ ਥੰਮ ਹੈ ਜੀ, ਇਹ ਗੁਰੂ ਕਾ ਸ਼ਬਦ ਮਨੈ ਅਸਥੰਮਨ, ਇਹ ਹੈ ਗੁਰੂ ਕਾ ਸ਼ਬਦ ਜਿਹੜਾ ਮਨ ਨੂੰ ਥੰਮਦਾ ਹੈ, ਜਿੱਥੇ ਜਾ ਕੇ ਇਹੋ ਜਿਹੇ ਵਾਹ ਵਲੇਵੇ ਇਹੋ ਜਿਹੀਆਂ ਖਿਆਲਾਂ ਦੀ ਦੁਨੀਆ ਉਹਨੂੰ ਬੰਦਾ ਰੋਕ ਪਾਉਂਦਾ, ਉਹਦੀ ਪਰਵਾਜ਼ ਰੋਕਦਾ ਹੈ, ਇਹਦੇ ਤੋਂ ਬਿਨਾਂ ਜੀਵਨ ਦਾ ਕਲਿਆਣ ਨਹੀਂ। ਸਾਡੇ 'ਚ ਪੋਸੀਬਿਲਿਟੀ ਹੈ ਬੰਦਾ, ਤੇ ਕਹਿੰਦੇ ਨੇ ਪਾਣੀ 'ਚ ਨਾ ਮਤਲਬ ਪੱਥਰ ਹੈ, ਸੱਟੋਗੇ ਡੁੱਬ ਜਾਏਗਾ, ਪਰ ਕਹਿੰਦੇ ਨੇ ਪੱਥਰ ਨੂੰ ਪਾਣੀ ਤੋਂ ਪਾਰ ਲੈ ਕੇ ਜਾਣਾ, ਕਿਵੇਂ ਲੈ ਕੇ ਜਾਓਗੇ, ਡੁੱਬ ਜਾਏਗਾ ਉੱਥੇ, ਉਹਨੂੰ ਨਹੀਂ ਪਾਰ ਕੀਤਾ ਜਾ ਸਕਦਾ। ਸਿਆਣਿਆਂ ਨੇ ਕਿਹਾ ਨਹੀਂ, ਜੁਗਤ ਅਪਣਾਓ ਭਾਈ, ਤਰੀਕਾ ਅਪਣਾਓ। ਤਰੀਕਾ ਕੀ ਹੈ, ਉਸ ਪੱਥਰ ਨੂੰ ਬੇੜੇ 'ਚ ਰੱਖ ਦਿਓ। ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਕੈਨੇਡਾ ਦੁਨੀਆ ਪੱਧਰ 'ਤੇ ਆਪਣੇ ਸ਼ਾਇਦ ਪਤਾ ਹੋਏ, ਇੱਥੋਂ ਬਹੁਤ ਸਾਰੀ ਸੀ ਟੈਕਨੋਲੋਜੀ ਵੇਚਦੇ ਹਾਂ, ਨੈਚੁਰਲ ਰਿਸੋਰਸਿਸ 'ਚ ਲੱਕੜ ਬੜੀ ਜਾਂਦੀ ਹੈ ਕੈਨੇਡਾ ਤੋਂ ਬਾਹਰ, ਸ਼ਾਇਦ ਆਪ ਹੈਰਾਨ ਹੋਵੋਗੇ, ਕੈਨੇਡਾ ਬਹੁਤ ਵੱਡੇ ਪੱਧਰ 'ਤੇ ਮਿੱਟੀ ਅਤੇ ਪੱਥਰ ਵੇਚਦਾ। ਦੁਬਈ ਜਿਹੜਾ ਸਾਰਾ ਸ਼ਹਿਰ ਵਸਿਆ ਸਮੁੰਦਰ ਦੇ ਕੰਢੇ, ਆਲਮੋਸਟ ਉਹਦੇ 'ਚ ਵੱਡਾ ਹਿੱਸਾ ਕੈਨੇਡੀਅਨ ਮਿੱਟੀ ਦਾ, ਕੈਨੇਡਾ ਦੇ ਪੱਥਰ ਅਤੇ ਮਿੱਟੀ ਨੇ ਜਾ ਕੇ ਉਸ ਸਮੁੰਦਰ ਨੂੰ ਸੁਕਾ ਕੇ ਅਤੇ ਉੱਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਨੇ ਇਸ ਰੂਪ ਦੇ 'ਚ। ਅਤੇ ਇਹ ਪੱਥਰ ਉਹ ਨਹੀਂ ਗਾ ਜਿਹੜਾ ਟਾਈਲਾਂ ਦੇ ਤੌਰ 'ਤੇ ਲੱਗਦਾ ਆ, ਜਿਹੜੇ ਸਰੈਮਿਕ ਸਟੋਨ ਹੁੰਦਾ ਆ, ਸਰੈਮਿਕ ਟਾਈਲਸ ਹੁੰਦੀਆਂ ਨੇ, ਮਾਰਬਲ ਹੁੰਦਾ, ਉਹ ਤਾਂ ਉੱਧਰੋਂ ਹੀ ਆਉਂਦਾ, ਇਟਲੀ ਤੋਂ ਜਾਂ ਚਾਈਨਾ ਤੋਂ ਜਾਂ ਟਰਕੀ ਤੋਂ, ਉੱਧਰੋਂ ਇੱਧਰੋਂ ਆਉਂਦਾ। ਇਹ ਵੱਡਾ ਪੱਥਰ ਆ ਜਿਹੜਾ ਮਤਲਬ ਅਵਾ ਟਵਾ ਜੇ ਐਵੇਂ ਬਸ ਪਟ ਪਟ ਕੇ ਖਾਨਾ ਹੀ 'ਚੋਂ ਜਿਹੜਾ ਹੁੰਦਾ ਲੱਦਿਆ ਹੋਇਆ, ਅਤੇ ਉਹ ਕਮਾਲ ਹੈ, ਕਿੱਥੇ ਦੁਬਈ ਕਿੱਥੇ ਕੈਨੇਡਾ ਸ਼ਿਪਾਂ ਦੇ ਸ਼ਿਪ ਭਰ ਭਰ ਕੇ ਜਾਂਦੇ ਨੇ, ਕਿਉਂ, ਕਿਉਂਕਿ ਬੇੜੇ 'ਚ ਪਏ ਹੋਏ ਪੱਥਰ, ਉਹ ਬੇੜਾ ਉਹਨਾਂ ਨੂੰ ਡੁੱਬਣ ਨਹੀਂ ਦਿੰਦਾ। ਮਹਾਰਾਜ ਦਾ ਜਿਹੜਾ ਬਚਨ, ਮਹਾਰਾਜ ਕਹਿੰਦੇ ਕਿ ਜਿਉਂ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਹੇ ਪ੍ਰਾਣੀ ਤੇਰਾ ਵੀ ਕਲਿਆਣ ਹੋ ਸਕਦਾ ਹੈ, ਤੂੰ ਗੁਰੂ ਕੇ ਚਰਨ ਰੂਪ ਬੇੜੇ 'ਚ ਬੈਠ ਜਾ। ਅਤੇ ਗੁਰੂ ਕਾ ਚਰਨ ਰੂਪ ਬੇੜਾ ਹੋਰ ਕੁਝ ਨਹੀਂ, ਸ਼ਬਦ ਹੀ ਹੈ, ਸ਼ਬਦ ਹੀ ਕਲਿਆਣ ਹੈ, ਸ਼ਬਦ ਹੀ ਕਲਿਆਣਕਾਰੀ ਹੈ। ਸਰਲ ਇਗਜ਼ਾਮਪਲ ਕਰ ਦੇਣਾ, ਸਾਡੇ ਯੂਨੀਵਰਸਿਟੀ ਦੇ ਸਾਡੇ ਬੜੇ ਦਾਨਿਸ਼ਮੰਦ ਪ੍ਰੋਫੈਸਰ, ਉਹਨਾਂ ਨੇ ਥੀਸਿਸ ਲਿਖਿਆ ਸ਼ਬਦ ਗੁਰੂ 'ਤੇ, ਉਹ ਬੜੇ ਵੱਡੇ ਉਹਦੇ ਐਡਵੋਕੇਟ ਸੀਗੇ। ਸਮਾਂ ਬਦਲ ਰਿਹਾ ਆਪਣੀ ਜਾਚੇ, ਕਿਉਂਕਿ ਸਮਾਜ ਦੇ ਅੰਦਰ ਪਾਖੰਡ ਅਡੰਬਰ ਇਹ ਬਹੁਤ ਵਿਕਦਾ ਆ,
ਇਸ ਤੋਂ ਅਗਲੇ ਪੜਾਅ ਦੇ ਵਿੱਚ ਇਹ ਹੈ ਕਿ ਅਸੀਂ ਸੰਸਾਰੀ ਲੋਕ ਹਾਂ, ਇੱਛਾਵਾਂ ਖਾਹਿਸ਼ਾਂ ਇਹਨਾਂ 'ਚ ਜੀਂਦੇ ਹਾਂ, ਅਤੇ ਜਦੋਂ ਇੱਛਾਵਾਂ ਖਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ ਦੁਖੀ ਹੁੰਦੇ, ਕੁਝ ਦੁੱਖ ਜੀਵਨ ਜਿਉਣ ਦੇ ਨਾਲ ਨਾਲ ਮਿਲਦੇ ਨੇ, ਹੁਣ ਬਿਮਾਰੀਆਂ ਨੇ, ਹੁਣ ਕਹਿ ਲਓ ਜਿਹੋ ਜਿਹਾ ਸਾਡਾ ਖਾਣ ਪਾਣ ਰਹਿਣ ਸਹਿਣ ਆ ਉਹਦੇ ਨਾਲ ਸਿਹਤ ਨੂੰ ਕੁਝ ਨਾ ਕੁਝ ਪ੍ਰੋਬਲਮ ਆਉਣੀ, ਮਾਨਸਿਕ ਤੌਰ 'ਤੇ ਕੁਝ ਪ੍ਰੋਬਲਮ ਆਉਣੀ, ਜਿਹੋ ਜਿਹਾ ਸਾਡਾ ਬੋਲ ਬਾਣੀ ਹੈ, ਜਿੰਨਾ ਕੁ ਸਾਡੇ ਅੰਦਰ ਪੇਸ਼ੈਂਸ ਹੈ, ਗੁਣਾਂ ਦੀ ਸਾਡੇ ਲਿਆਕਤ ਦੀ ਕਮੀ ਹੈ, ਉਹਦੇ ਕਰਕੇ ਘਰ ਦੇ ਵਿੱਚ ਵੀ ਕਲੇਸ਼ ਪੈ ਸਕਦਾ, ਕਿਉਂ ਨਹੀਂ ਪਏਗਾ? ਜੀਆਂ ਨੂੰ ਇੱਕ ਦੂਜੇ ਨੂੰ ਸੰਬੋਧਨ ਕਰਨ ਦਾ ਨਹੀਂ ਪਤਾ, ਬੋਲਣ ਦਾ ਨਹੀਂ ਪਤਾ, ਇਹ ਸਭ ਚੀਜ਼ਾਂ 'ਚੋਂ ਕਲੇਸ਼ ਵੱਧਦਾ ਵੱਧਦਾ ਵਧੀ ਜਾਂਦਾ। ਹੁਣ ਘਰਾਂ 'ਚ ਦੁੱਖ, ਰੋਗ, ਬਿਮਾਰੀਆਂ, ਦੁਖੀ, ਕੋਈ ਸ਼ਖਸ ਕਹਿੰਦਾ ਤੈਨੂੰ ਪਤਾ ਫਲਾਣਾ ਜਗ੍ਹਾ ਫਲਾਂ ਜਗ੍ਹਾ 'ਤੇ ਜਾਈ, ਜਿਹਨੂੰ ਚੌਂਕੀ ਭਰਨੀ ਕਹਿੰਦੇ, ਚੌਂਕੀ ਭਰੀ ਤੂੰ, ਉੱਥੇ ਫਲਾਣੇ ਨੇ ਚੌਂਕੀ ਭਰੀ ਸੀ ਉਹ ਠੀਕ ਹੋ ਗਿਆ, ਅੰਦਰਲਾ ਤਰਕ ਵਾਲਾ ਮਨ ਕਹਿੰਦਾ ਐਵੇਂ ਹੋ ਨਹੀਂ ਸਕਦਾ, ਪਰ ਜਿਹੜਾ ਅੰਦਰ ਲਾਲਚ ਵਾਲਾ ਮਨ ਆ ਉਹ ਕਹਿੰਦਾ ਕਰਨੇ 'ਚ ਕੀ ਇਤਰਾਜ਼ ਆ, ਜਾ ਕੇ ਤੇ ਆ ਹੋ ਹੀ ਜਾਏਗਾ। ਇੱਥੋਂ ਫਿਰ ਬੰਦੇ ਦਾ ਬਿਲੀਵ ਡੋਲ ਜਾਂਦਾ, ਇਸ ਕਰਕੇ ਕਿਤੇ ਕੋਈ ਮਾੜਾ ਜਿਹਾ ਕਹਿ ਦੇ ਵੀ ਫਲਾਂ ਜਗ੍ਹਾ 'ਤੇ ਪਹੁੰਚੋ, ਕੁਝ ਵੀ ਹੋ ਰਿਹਾ ਹੋਏ ਉੱਥੇ ਭੀੜਾਂ ਦੇਖੋ ਤੁਸੀਂ, ਮੰਜ਼ਰੇਆਮ ਇਹ ਚਾਰ ਚਪੇਰੇ ਇਸ ਤਰੀਕੇ ਨਾਲ ਹੁੰਦਾ। ਸੋ ਇਸ ਕਿਸਮ ਦੀ ਹਾਲਤ ਹੈ ਜਿਹੜੇ ਲੋਕ ਇਸ ਕਿਸਮ ਦੇ ਚੀਜ਼ਾਂ ਔਰਗਨਾਈਜ਼ ਕਰਦੇ ਚਲਾਉਂਦੇ, ਅਲਟੀਮੇਟਲੀ ਉਹਨਾਂ ਦੇ ਆਪਣੇ ਵੈਸਟਰਨ ਇੰਟਰਸਟ ਨੇ, ਕਿਉਂਕਿ ਸਭ ਕਾਸੇ ਦੇ 'ਚ ਸਰਮਾਇਆ ਹੈ ਜੀ, ਦੌਲਤ ਆ, ਪੈਸਾ, ਸ਼ੋਹਰਤ, ਸ਼ੋਹਬਤ, ਸਵਾਰਥ, ਲਾਲਚ, ਇਹ ਬੰਦੇ ਦੇ ਵਧੇ ਨੇ। ਉਹ ਕਹਿੰਦੇ ਵਧੀਆ ਕੰਮ ਬਣ ਗਿਆ, ਫਿਰ ਬਿਜ਼ਨਸ ਦੇ ਤੌਰ 'ਤੇ ਚੀਜ਼ਾਂ ਕਈ ਵਾਰੀ ਰਨ ਹੁੰਦੀਆਂ, ਹੁਣ ਉਹ ਕਹਿੰਦਾ ਵਧੀਆ ਕੰਮ ਚੱਲ ਰਿਹਾ, ਉਹ ਫਿਰ ਅਗਾਂਹ ਆਪਣੇ ਏਜੰਟ ਵੀ ਹਾਇਰ ਕਰਦੇ। ਏਜੰਟ ਕਿਵੇਂ ਦੇ ਬੰਦੇ ਹਾਇਰ ਕਰਨਗੇ? ਆਮ ਤਾਂ ਹਾਇਰ ਨਹੀਂ ਕਰਨਗੇ, ਉਹ ਬੰਦੇ ਥੋੜ੍ਹੇ ਬਹੁਤੇ ਪੜ੍ਹੇ ਲਿਖੇ ਵੀ ਹੋਣੇ ਚਾਹੀਦੇ ਨੇ, ਸਾਡੀ ਕਿਤੇ ਗੱਲਬਾਤ ਹੋਏ, ਸਾਨੂੰ ਦਲੀਲ ਨਾਲ ਵੀ ਥੋੜ੍ਹਾ ਬਹੁਤਾ ਕਿਸੇ ਨੂੰ ਸਮਝਾ ਸਕਣ। ਸੋ ਯੂਨੀਵਰਸਿਟੀਜ਼ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਬੜੇ ਬੜੇ ਪੜ੍ਹੇ ਲਿਖੇ ਅਸੀਂ, ਮਤਲਬ ਸਾਧਾਂ ਦੀਆਂ ਅਤੇ ਇਹੋ ਜਿਹੇ ਅਡੰਬਰ ਕਰਨ ਵਾਲਿਆਂ ਦੀਆਂ ਦਲੀਲਾਂ ਭਰਦੇ ਹੋਏ ਦੇਖੇ, ਲਗਾਤਾਰ ਉਹਨਾਂ ਦੇ ਹੱਕਾਂ 'ਚ ਆਰਟੀਕਲ ਲਿਖਦੇ ਦੇਖੇ, ਕਿਤਾਬਾਂ ਲਿਖਦੇ ਦੇਖੇ, ਕਿਉਂਕਿ ਸਰਮਾਇਆ ਸਭ ਕਾਸੇ ਨੂੰ ਚਲਾਉਂਦਾ। ਜਿਹੜਾ ਕੰਮ ਕਿਤੇ ਹੋਰ ਨਹੀਂ ਹੁੰਦਾ, ਸਾਡਾ ਫੋਕਲੋਰ ਇਹ ਕਹਿੰਦਾ ਵੀ ਚਾਂਦੀ ਦੀ ਜੁੱਤੀ ਰੱਖੋ ਹੱਥ 'ਚ, ਹਰ ਚੀਜ਼ ਹੋਈ ਜਾਂਦੀ ਹੈ। ਸੋ ਸਰਮਾਏਦਾਰੀ ਜਿਹੜੀ ਹੈ, ਮਤਲਬ ਬਾਬਾ ਜੀ ਦੀ ਬਾਣੀ ਕਹਿੰਦੀ ਕੌਣ ਵੱਡਾ ਮਾਇਆ ਵਡਿਆਈ, ਧਰਤੀ 'ਤੇ ਵੱਡੋਂ ਸਰਸਰੀ ਜੀ ਨਜ਼ਰ ਮਾਰਿਆ ਤਾਂ ਸੰਸਾਰ ਦੇ 'ਚ ਮਾਇਆ ਦੀ ਜੈ ਜੈਕਾਰ ਹੀ ਹੈ, ਜਿੱਥੇ ਉਹ ਵੱਧ ਆ ਉੱਥੇ ਹੀ ਜਕਾਰੇ ਹੁੰਦੇ ਨੇ, ਉੱਥੇ ਹੀ ਸਭ ਚੀਜ਼ਾਂ ਹੋ ਰਹੀਆਂ ਨੇ ਉਸ ਰੂਪ ਦੇ 'ਚ। ਖੈਰ ਟੂਕ ਮਾਤਰ ਜਿਹੜੀ ਬੇਨਤੀ ਕਰਨ ਲੱਗਾ ਸੀ, ਕੁਝ ਹੋਰ ਪ੍ਰੋਫੈਸਰ ਜਿਹੜੇ ਉੱਥੇ ਨਾਲ ਉਹਨਾਂ ਦੇ ਕੁਲੀਗ, ਉਹ ਕਹਿੰਦੇ ਨਹੀਂ ਨਹੀਂ ਤੂੰ ਸਾਡੇ ਨਾਲ ਫਲਾਂ ਡੇਰੇ 'ਤੇ ਚੱਲੀ, ਦੇਖੀ ਤੂੰ ਉੱਥੇ ਕਿੰਨੀ ਰੌਣਕ, ਕਿੰਨਾ ਮਤਲਬ ਅਸਰ ਅਸਰਾਰ, ਬੜੀ ਕਿਰਪਾ, ਬੜਾ ਸਭ ਕੁਛ। ਖੈਰ ਉਹ ਲਗਾਤਾਰ ਉਹਨੂੰ ਪੁਸ਼ ਕਰਦੇ ਰਹੇ, ਉਹਨੂੰ ਐਮਫੇਸਾਈਜ਼ ਕਰਦੇ ਰਹੇ, ਅਤੇ ਉਹ ਆਪਣੇ ਵਿਚਾਰ 'ਤੇ ਡਟਿਆ ਰਿਹਾ, ਕਹਿੰਦਾ ਨਹੀਂ ਸ਼ਬਦ ਦੀ ਕਲਿਆਣਕਾਰੀ ਹੈ, ਗੁਰੂ ਸਾਹਿਬ ਦਾ ਹੁਕਮ ਹੈ, ਮੈਂ ਖੁਦ ਸਾਰਾ ਬਾਣੀ ਪੜ੍ਹੀ, ਸਭ ਚੀਜ਼ਾਂ ਨੂੰ ਮੈਂ ਆਪ ਹੀ ਥੀਸਿਸ ਲਿਖਿਆ ਇਹਦੇ 'ਤੇ। ਅਖੀਰ ਇੱਕ ਦਿਨ ਕੀ ਹੋਇਆ ਕਿ ਉਹ ਕੁਲੀਗ ਉਹਦੇ ਇੰਨੀ ਜਿੱਦ ਵਿੱਚ ਪੈ ਗਏ ਵੀ ਨਹੀਂ ਚੱਲ, ਉਹ ਕਹਿੰਦਾ ਚਲੋ ਚੱਲਦਾ, ਜਿਸ ਵੀ ਤੁਸੀਂ ਸ਼ਖਸ ਕੋਲ ਲੈ ਕੇ ਜਾਣਾ ਮੈਂ ਜਾਣ ਲਈ ਤਿਆਰ ਹਾਂ, ਤੁਸੀਂ ਕਹਿੰਦੇ ਹੋ ਉਹ ਕਲਿਆਣ ਕਰ ਦੇਗਾ ਮੇਰਾ, ਉਹ ਮੈਨੂੰ ਸੋਝੀ ਦੇ ਦੇਗਾ, ਗਿਆਨ ਦੇ ਦੇਗਾ, ਜਿਹਨੂੰ ਅਸੀਂ ਕਹਿੰਦੇ ਹਾਂ ਰੋਸ਼ਨ ਦਿਮਾਗ ਕਰ ਦੇਣਾ, ਇਨਲਾਈਟਮੈਂਟ ਕਰ ਦੇਣੀ। ਕਹਿੰਦੇ ਹਾਂ ਤੂੰ ਚੱਲ ਤਾਂ ਸਹੀ, ਅਤੇ ਕਮਾਲ ਹੈ ਅਤੇ ਬੜੀ ਕਿਰਪਾ ਇਸ ਰੂਪ ਦੇ ਵਿੱਚ। ਉਹ ਕਹਿੰਦਾ ਠੀਕ ਹੈ, ਉਹ ਜਾਣ ਲਈ ਰੈਡੀ ਹੋ ਗਿਆ, ਪਰ ਕਹਿੰਦਾ ਇੱਕ ਸ਼ਰਤ ਹੈ ਮੇਰੀ। ਕਹਿੰਦੇ ਸ਼ਰਤ ਕੀ ਹੈ? ਕਹਿੰਦਾ ਮੈਂ ਜਾਵਾਂਗਾ, ਜੋ ਕਹੋਗੇ ਉੱਥੇ ਕਰਾਂਗਾ, ਸਭ ਚੀਜ਼ ਹੋਏਗੀ, ਸਿਵਾਏ ਇੱਕ ਚੀਜ਼ ਤੋਂ,
ਉਹ ਕਿਹੜੀ? ਕਹਿਣ ਲੱਗਾ ਉਹ ਇਹ ਕਿ ਨਾ ਉਹਨੇ ਮੈਨੂੰ ਕੁਝ ਕਹਿਣਾ ਤੇ ਨਾ ਮੈਂ ਉਹਨੂੰ ਕੁਝ ਕਹਿਣਾ, ਬੋਲ ਬਾਣੀ ਦੀ ਕੋਈ ਸਾਂਝ ਨਹੀਂ ਹੋਏਗੀ। ਉਹ ਮੈਨੂੰ ਕੋਈ ਗੱਲ ਨਾ ਦੱਸੇਗਾ, ਨਾ ਮੈਂ ਉਹਦੀ ਕੋਈ ਗੱਲ ਸੁਣਨੀ ਹੈ, ਉਹਦੇ ਤੋਂ ਬਿਨਾਂ ਹੀ ਉਹ ਮੇਰਾ ਕਲਿਆਣ ਕਰੇਗਾ। ਉਹ ਪ੍ਰੋਫੈਸਰ ਦੂਜਾ ਜਿਹੜਾ ਕੁਲੀਗ ਸੀਗਾ ਉਹ ਹੱਸ ਪਿਆ, ਕਹਿਣ ਲੱਗਾ ਤੂੰ ਕਮਲਾ ਆ, ਆਖਿਰਕਾਰ ਤੈਨੂੰ ਕੋਈ ਗੱਲ ਸਮਝਾਏਗਾ, ਤੈਨੂੰ ਕੋਈ ਦੱਸੇਗਾ, ਤੈਨੂੰ ਕੋਈ ਬਚਨ ਉਪਦੇਸ਼ ਦਏਗਾ ਤਾਂ ਹੀ ਤਾਂ ਗੱਲ ਬਣੇਗੀ। ਕਹਿਣ ਲੱਗਾ ਸੱਚੀ? ਕਹਿਣ ਲੱਗਾ ਹਾਂ। ਕਹਿਣ ਲੱਗਾ ਬਚਨ ਤੋਂ ਬਿਨਾਂ ਗੱਲ ਨਹੀਂ ਹੋਣੀ, ਬਚਨ ਤੋਂ ਬਿਨਾਂ ਤੇਰਾ ਕਲਿਆਣ ਨਹੀਂ ਹੋਣਾ। ਕਹਿਣ ਲੱਗਾ ਬਸ ਫਿਰ ਮੈਂ ਆਪਣੀ ਜਗ੍ਹਾ 'ਤੇ ਬਿਲਕੁਲ ਠੀਕ ਹਾਂ, ਜੇ ਬਚਨ ਹੀ ਕਲਿਆਣਕਾਰੀ ਆ ਨਾ ਤਾਂ ਫਿਰ ਮੇਰੇ ਕੋਲ ਦੁਨੀਆਂ ਦਾ ਸਭ ਤੋਂ ਬੈਸਟ, ਸਭ ਤੋਂ ਉਮਦਾ ਬਚਨ ਆ ਗੁਰ ਸ਼ਬਦ ਦਾ ਬਚਨ, ਗੁਰੂ ਗ੍ਰੰਥ ਸਾਹਿਬ ਦਾ। ਆਈ ਵਿਲ ਰੀਡ ਦੈਟ। ਬਈ ਜੇ ਬਚਨ ਨਹੀਂ ਕਲਿਆਣ ਕਰਨਾ ਆ, ਫਿਰ ਮਹਾਰਾਜ ਬਿਆਨ ਕਰਦੇ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਂਧਰ ਮੁਕਤ ਜਨਾਬ ਹੈ। ਇੱਥੇ ਸਟੇਟ ਫਾਰਵਰਡ ਮੁਕਤੀ ਹੈ, ਲੋੜ ਕੀ ਹੈ ਮੈਨੂੰ ਕਿਸੇ ਮੀਡੀਏਟਰ ਦੀ? ਫਿਰ ਤੇ ਸ਼ਬਦ ਦੇ ਜ਼ਰੀਏ ਉਹ ਕਲਿਆਣ ਮੈਂ ਉਸ ਸ਼ਬਦ ਦੇ ਰੂਪ ਵਿੱਚ ਲਵਾਂਗਾ ਨਾ। ਗੁਰੂ ਬਾਬਾ ਜੀ ਨੇ ਆਹ ਬਾਤ ਸਾਨੂੰ ਦਿੱਤੀ, ਕਿਹਾ ਕਿਸੇ ਦੇ ਭੁਲੇਖੇ 'ਚ ਨਾ ਪਈ, ਕਿਸੇ ਦੇ ਮਗਰ ਲੱਗ ਪਿੱਛ ਲੱਗ ਬਣਨ ਦੀ ਲੋੜ ਵੀ ਨਹੀਂ। ਤੂੰ ਡਿਸਾਈਪਲ ਬਣੀ ਅਤੇ ਸ਼ਬਦ ਦਾ ਬਣੀ। ਆਹ ਬਚਨ ਕਿਹਾ ਪਵਜਲ ਬਿਨ ਸ਼ਬਦ ਹੈ ਕਿਉਂ ਤਰੀਐ, ਅੱਗੇ ਵਾਕ ਲਿਖਿਆ ਨਾਮ ਬਿਨਾਂ ਜਗ ਰੋਗ ਵਿਆਪਿਆ। ਦੇਖੋ ਤਾਪ ਸੰਤਾਪ ਜ਼ਿੰਦਗੀ ਦੇ ਆ ਜਿਹੜੇ ਸਰੀਰਕ ਰੋਗ ਨੇ, ਮਾਨਸਿਕ ਰੋਗ ਨੇ, ਸਾਰੇ ਇਹ ਜੀਵਨ ਜਿਉਂਦਿਆਂ 'ਚ ਲੱਗਣਗੇ। ਜਦੋਂ ਆਪਾਂ ਨਜ਼ਲੇ, ਜ਼ੁਕਾਮ, ਬੁਖਾਰ ਇਹਨਾਂ ਸਭ 'ਚੋਂ ਲੰਘਦੇ ਹਾਂ, ਕੁਝ ਬਿਮਾਰੀਆਂ ਇਹ ਦੱਸਦੀਆਂ ਨੇ ਅਸੀਂ ਜਿੰਦਾ ਜਿਉਂਦੇ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ, ਜਿਉਂਦੇ ਲੋਕਾਂ ਨੂੰ ਸਟਰਗਲ ਕਰਨੀ ਪੈਂਦੀ ਹੈ, ਅਤੇ ਇਹ ਕੋਈ ਜੱਗੋਂ ਤੇਰ ਵੀ ਨਹੀਂ ਗੀ। ਮੋਸਟਲੀ ਅਸੀਂ ਬਹੁਤ ਈਗੋਟਿਸਟ ਹੋ ਕੇ, ਅਹੰਗ ਬਿਰਤੀ 'ਚ, ਸੈਲਫ ਸੈਂਟਰਡ ਹੋ ਕੇ ਜਿਉਂਦੇ ਹਾਂ। ਮਤਲਬ ਮੈਂ ਆਪਣੇ ਆਪ ਨੂੰ ਇਹਨੂੰ ਸਮਝ ਲੈਣਾ ਕਿ ਬਸ ਮੈਨੂੰ ਕੁਛ ਨਹੀਂ ਹੋਣਾ ਚਾਹੀਦਾ, ਮੈਂ ਬਿਲਕੁਲ ਐਨ ਸਾਫ ਗੋ ਠੀਕ। ਬਈ ਕੁਦਰਤ ਦਾ ਨਿਯਮ ਆ, ਮੇਰੇ ਕਰਕੇ ਨਿਯਮ ਥੋੜ੍ਹਾ ਟੁੱਟ ਜਾਏਗਾ। ਮੇਰੇ ਤੋਂ ਪਹਿਲਾਂ ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਲੋਕ ਆਏ ਅਤੇ ਆਖਿਰਕਾਰ ਗਏ ਇੱਥੋਂ, ਮੈਂ ਵੀ ਅਲਟੀਮੇਟਲੀ ਜਾਣਾ ਆ। ਮੇਰੇ ਆਲੇ ਦੁਆਲੇ ਲੱਖਾਂ ਕਰੋੜਾਂ ਲੋਕ ਰਹਿੰਦੇ, ਹਰ ਰੋਜ਼ ਕੋਈ ਨਾ ਕੋਈ ਬਿਮਾਰ ਹੁੰਦਾ, ਕੋਈ ਐਕਸੀਡੈਂਟ ਹੁੰਦਾ, ਕੋਈ ਸੱਟ ਫੇਟ ਲੱਗਦੀ, ਕੋਈ ਕਿਸੇ ਨੂੰ ਆਹ ਦਵਾਈ ਖਾਣੀ ਪੈਂਦੀ, ਕਿਸੇ ਨੂੰ ਆਹ ਦਵਾਈ ਖਾਣੀ ਪੈਂਦੀ, ਭਈ ਉਹਨਾਂ ਵਿੱਚ ਅੱਜ ਜਾਂ ਕੱਲ੍ਹ ਮੈਂ ਵੀ ਸ਼ਾਮਿਲ ਹੋ ਜਾਵਾਂਗਾ। ਇਹ ਜੀਵਨ ਆ, ਇਹ ਤਾਂ ਕੋਈ ਇਹਨੂੰ ਜਨਰਲ ਕਰਕੇ ਵੇਖੋ। ਮੈਂ ਮਾਫ਼ੀ ਮੰਗਾਂਗਾ, ਛੋਟੀ ਜਿਹੀ ਬਾਤ ਕਰਕੇ ਬਚਨ ਨੂੰ ਵਾਇੰਡ ਅਪ ਕਰ ਦਿੰਦਾ ਵਾਂ। ਇੱਥੇ ਮੈਨੂੰ ਹੁਣ ਸਾਲਾਂ ਦੇ ਸਾਲ ਹੋ ਗਏ ਕਾਉਂਸਲਿੰਗ ਕਰਦੇ। ਸਭ ਤੋਂ ਹਾਰਡ ਟਾਈਮ ਹੁੰਦਾ ਸਾਡੇ ਵਾਸਤੇ ਕਾਉਂਸਲਿੰਗ ਵਿੱਚ, ਵੈਸੇ ਬਹੁਤ ਸਾਰੀਆਂ ਐਸੀਆਂ ਸਿਚੁਏਸ਼ਨ ਹੁੰਦੀਆਂ, ਪਰ ਜਿਵੇਂ ਇੱਕ ਸਿਚੁਏਸ਼ਨ ਹੈ ਘਰ ਦੇ ਵਿੱਚ, ਯੰਗ ਬੱਚੇ ਨੇ, ਅਤੇ ਕੋਈ ਯੰਗ ਬੱਚਿਆਂ ਦੇ ਕਿਤੇ ਪੇਰੈਂਟਸ ਦੀ ਜਾਂ ਕਿਸੇ ਯੰਗ ਮੈਂਬਰ ਦੀ ਡੈਥ ਹੋ ਗਈ ਘਰ ਦੇ ਵਿੱਚ। ਹੁਣ ਉਸ ਬੱਚੇ ਨੂੰ ਉਸ ਸਾਰੇ ਨੂੰ ਸਮਝਣ ਵਿੱਚ ਮਦਦ ਕਰਨੀ ਕਾਉਂਸਲਰ ਦਾ ਕੰਮ ਹੁੰਦਾ ਹੈ, ਤਾਂ ਕਿ ਉਹਨੂੰ ਰਿਸੀਵ ਕਰ ਸਕੇ, ਪ੍ਰੋਸੈਸ ਕਰ ਸਕੇ, ਡਾਈਜੈਸਟ ਕਰ ਸਕੇ ਅਤੇ ਮੂਵ ਔਨ ਹੋ ਸਕੇ, ਜ਼ਿੰਦਗੀ 'ਚ ਅੱਗੇ ਚੱਲ ਸਕੇ ਨਾਲ ਨਾਲ ਉਸ ਰੂਪ ਦੇ ਵਿੱਚ। ਇਹ ਸਭ ਕੁਝ ਹੋਣ ਦੇ ਬਾਵਜੂਦ ਇਹ ਜਿਹੜੀ ਜ਼ਿੰਦਗੀ 'ਚ ਐਡਾ ਵੱਡਾ ਕੋਈ ਦੁੱਖ, ਕੋਈ ਚੈਲੇਂਜ ਆਇਆ ਹੈ, ਉਹਦੀ ਹਾਰਮ ਰਿਡਕਸ਼ਨ, ਘੱਟ ਤੋਂ ਘੱਟ ਉਹ ਹਾਰਮ ਹੋਏ ਉਹਦੇ ਨਾਲ, ਘੱਟ ਤੋਂ ਘੱਟ ਉਹ ਮਾਨਸਿਕ ਤੌਰ 'ਤੇ, ਜੀਵਨ ਦੇ ਪੱਧਰ 'ਤੇ, ਉਹਦੇ ਪਰਛਾਵੇਂ ਤੋਂ ਘੱਟ ਉਹ ਥੋੜ੍ਹਾ ਬਹੁਤਾ ਬਚਾਅ ਹੋ ਸਕੇ ਉਹਦਾ। ਇਹਦੇ ਬਾਬਤ ਕਾਉਂਸਲਰ ਨੇ ਹੈਲਪ ਕਰਨੀ ਹੁੰਦੀ। ਅਸੀਂ ਜਦੋਂ ਯੰਗ ਬੱਚਿਆਂ ਨਾਲ ਗੱਲ ਕਰਦੇ, ਮੇਰੇ ਕੋਲ ਤਾਂ ਸਕ੍ਰਿਪਟਸ ਲਿਖੀਆਂ ਪਈਆਂ ਨੇ,
ਮੋਸਟਲੀ ਇੱਕ ਕੁਐਸਚਨ ਉਹ ਪਹਿਲਾਂ ਜਾਂਦਿਆਂ ਨਾਲ ਹੀ ਪੁੱਛਦੇ ਸਾਨੂੰ, ਓਕੇ ਯੂ ਬਿਲੀਵ ਇਨ ਗੋਡ, ਇਜ਼ ਇਟ ਰਾਈਟ, ਤੂੰ ਰੱਬ ਨੂੰ ਮੰਨਣਾ ਹੈ ਨਾ? ਹਾਂ, ਠੀਕ ਹੈ। ਸਵਾਲ ਮੇਰਾ ਇਹ ਹੈ, ਰੱਬ ਨੇ ਮੇਰੇ ਨਾਲ ਐਵੇਂ ਕਿਉਂ ਕੀਤਾ? ਵਾਈ ਇਟ ਹੈਪਨ ਟੂ ਮੀ? ਵਾਈ ਯੂਅਰ ਗੋਡ ਡਿਡ ਟੂ ਮੀ? ਇਹ ਰੱਬ ਨੇ ਕਿਉਂ ਕੀਤਾ ਮੇਰੇ ਨਾਲ, ਦੱਸ ਤੂੰ ਮੈਨੂੰ। ਬੜਾ ਜੈਨੂਅਨ ਕੁਐਸਚਨ ਆ, ਬੜਾ ਲੈਜੀਟੀਮੇਟ, ਬੜਾ ਬਿਲਕੁਲ ਸਹੀ ਸਵਾਲ ਹੈ ਉਹਦਾ, ਕੋਈ ਉਹਦੇ 'ਚ ਸ਼ੱਕ ਵਾਲੀ ਗੱਲ ਨਹੀਂ। ਆਪਾਂ ਉਹਦਾ ਸਵਾਲ ਸੁਣਦੇ ਹਾਂ, ਉਹਨੂੰ ਕਹਿੰਦੇ ਹਾਂ ਪੁੱਤ ਬਿਲਕੁਲ ਠੀਕ ਆ, ਤੂੰ ਇਹ ਸਵਾਲ ਪੁੱਛਿਆ, ਕੋਈ ਹੋਰ ਇਹਦੇ ਨਾਲ ਦਾ ਸਵਾਲ ਹੋਏ ਉਹ ਵੀ ਪੁੱਛ ਲੈ, ਫਿਰ ਮੈਂ ਤੈਨੂੰ ਗੱਲ ਕਰਦਾ। ਨਹੀਂ, ਜਸਟ ਵਾਈ ਇਟਸ ਹੈਪਨਿੰਗ ਟੂ ਮਾਈ ਫੈਮਿਲੀ, ਆਨਸਰ ਇਟ, ਮੇਰੇ ਪਰਿਵਾਰ ਨੂੰ ਕਿਉਂ ਹੋ ਰਿਹਾ ਐਵੇਂ? ਉਤੋਂ ਮੇਰੇ ਨਾਲ ਨਾ, ਲੈਟ ਮੀ ਵਾਕ ਥਰੂ ਵਿਦ ਸਮ ਸੋਰਟ ਆਫ ਐਵੀਡੈਂਸ ਐਂਡ ਸਮ ਸੋਰਟ ਆਫ ਡਾਟਾ। ਯੂ ਆਰ ਸੇਇੰਗ ਵਾਈ ਇਟ ਹੈਪਨ ਟੂ ਮਾਈ ਫੈਮਿਲੀ, ਮੇਰੀ ਪਰਿਵਾਰ ਨਾਲ ਕਿਉਂ ਹੋ ਰਿਹਾ ਹੈ? ਨਾ ਪੁੱਤ, ਤੇਰੇ ਪਰਿਵਾਰ ਨਾਲ ਨਹੀਂ ਹੋ ਰਿਹਾ। ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ। ਜਦੋਂ ਮੈਂ ਬਹੁਤ ਸੈਲਫ ਸੈਂਟਰਡ ਹੋ ਜਾਂਦਾ, ਮੈਨੂੰ ਲੱਗਦਾ ਉਹ ਰੱਬਾ ਤੂੰ ਬਹੁਤ ਮਾੜਾ ਆ, ਸਾਰੀ ਤਕਲੀਫ ਮੈਨੂੰ ਹੀ ਦੇ ਦਿੱਤੀ ਤੂੰ, ਮੇਰੇ ਸਿਰ 'ਤੇ ਸਾਰਾ ਪਹਾੜ ਸੱਟ ਦਿੱਤਾ। ਬਾਬਾ ਫਰੀਦ ਜੀ ਕਹਿੰਦੇ, ਮੈਨੂੰ ਵੀ ਲੱਗਾ ਵੀ ਰੱਬਾ ਬਹੁਤ ਮਾੜਾ, ਤੂੰ ਮੈਨੂੰ ਹੀ ਸਾਰੀ ਸਾਰਾ ਦੁੱਖ ਮੈਨੂੰ ਹੀ ਦੇ ਦਿੱਤਾ, ਮੈਂ ਜਾਣਿਆ ਦੁੱਖ ਮੁਝਕੋ। ਕਹਿੰਦੇ ਮੈਂ ਕੀ ਫਿਰ ਕਿਹਾ, ਦੁੱਖ ਸਬਾਇਆ ਜੱਗ। ਇਹ ਤਾਂ ਸੰਸਾਰ ਦੀ ਖੇਡ ਆ, ਪਰ ਪਤਾ ਕਦੋਂ ਲੱਗਾ? ਉੱਚਾ ਚੜ੍ਹ ਕੇ ਦੇਖਿਆ, ਉੱਚਾ ਚੜ੍ਹ ਕੇ ਦੇਖਿਆ, ਨਜ਼ਰ ਉੱਚੀ ਕੀਤੀ, ਆਲੇ ਦੁਆਲੇ ਝਾਤ ਮਾਰੀ, ਜਦੋਂ ਉਦੋਂ ਅਹਿਸਾਸ ਹੋਇਆ ਇਹ ਤਾਂ ਯੂਨੀਵਰਸਲ ਲਾ ਆ, ਕੋਈ ਐਕਸੈਪਸ਼ਨਲ ਨਹੀਂ ਗਿਆ ਇੱਥੇ। ਕੌਣ ਐਕਸੈਪਸ਼ਨਲ ਹੈ ਜੀ ਦੱਸੋ? ਜੇ ਬੰਦਾ ਧਰਤੀ 'ਤੇ ਇਸ ਰੂਪ ਵਿੱਚ ਆਇਆ ਆ, ਤਾਂ ਉਹਦੇ ਨਾਲ ਹੀ ਡਿਫੋਲਟ ਕੁਛ ਚੀਜ਼ਾਂ ਨਾਲ ਕੁਦਰਤ ਨੇ ਦਿੱਤੀਆਂ, ਉਹਨਾਂ ਦਾ ਇੱਕ ਪਾਰਟ ਮੇਰੇ ਕੋਲ ਵੀ ਹੈ। ਇੱਥੋਂ ਫਿਰ ਤੁਸੀਂ ਜਰਨਲਾਈਜ਼ ਕਰੋਗੇ, ਕੋਈ ਪਹਿਲਾ ਬੰਦਾ ਨਹੀਂ ਘਰ 'ਚ ਮਰਿਆ ਜਿਹੜਾ ਧਰਤੀ ਉਹਦੇ ਕਿਹਾ ਵੀ ਇੱਥੇ ਜੱਗੋਂ ਤੇਰਵੀਂ ਹੋ ਗਈ। ਹਰ ਪਰਿਵਾਰ 'ਚ ਕੋਈ ਨਾ ਕੋਈ ਡੈਥ ਹੁੰਦੀ ਰੋਜ਼। ਪਹਿਲਾ ਬੰਦਾ ਨਹੀਂ ਜਿਹੜਾ ਹੋਸਪਿਟਲਾਈਜ਼ ਹੋਇਆ ਆ, ਲੱਖਾਂ ਲੋਕ ਹੋਸਪਿਟਲਾਈਜ਼ ਹੁੰਦੇ ਨੇ ਰੋਜ਼। ਸ਼ਬਦ ਤੁਹਾਨੂੰ ਵਿਜ਼ਨ ਦਿੰਦਾ ਆ, ਨਹੀਂ ਤਾਂ ਬੰਦੇ ਨੂੰ ਤਾਂ ਹਾਲਤ ਹੈ, ਦੁੱਖ ਤਕਲੀਫ ਵੇਦਨ ਆਏਗੀ, ਉਹਦੀ ਐਕਸਪਲੋਟੇਸ਼ਨ। ਗਰੀਬਾਂ ਨੂੰ ਲੁੱਟਦੇ ਨੇ ਲੋਕ ਧਰਮ ਦੇ ਨਾਂ ਦੇ ਉੱਤੇ, ਦੁਖੀਆਂ ਨੂੰ ਰੋਜ਼ ਉਹਨਾਂ ਨੂੰ ਜਿਵੇਂ ਕਹਿੰਦੇ ਨੇ ਐਵੇਂ ਇੱਲਾਂ ਅਤੇ ਗਿਰਜਾਂ ਨਹੀਂ ਖਾਂਦੀਆਂ ਜਿਵੇਂ ਇਹੋ ਜਿਹੇ ਲੋਕ ਖਾਂਦੇ ਨੇ ਉਹਨਾਂ ਨੂੰ। ਬਾਬਾ ਜੀ ਨੇ ਕਿਹਾ ਸੀ ਨਾ ਲੁੱਟ ਹੋਈਆਂ, ਇਹ ਮੈਂ ਦੇਖਿਆ ਆ। ਬਿਨ ਸ਼ਬਦ ਹੈ ਸਭ ਜਗ ਬੌਰਾਨ, ਬਿਰਥਾ ਜਨਮ ਗਵਾਇਆ। ਬਿਨਾਂ ਸ਼ਬਦ ਤੋਂ ਸਾਰਾ ਸੰਸਾਰ ਬੌਰਾ ਹੋ ਗਿਆ, ਪਾਗਲ ਹੋ ਗਿਆ, ਕਮਲਾ ਹੋ ਗਿਆ। ਉਹਨੂੰ ਦਿਸ ਨਹੀਂ ਰਿਹਾ ਵੀ ਇਹ ਜਗਤ ਦੀ ਮਰਿਆਦਾ ਆ, ਕੁਦਰਤ ਨੇ ਬਣਾਇਆ, ਜਿਹਨੂੰ ਅਸੀਂ ਹੁਕਮ ਕਹਿੰਦੇ ਹਾਂ। ਮੈਂ ਹੁਕਮ ਤੋਂ ਬਾਹਰ ਆ ਕਿਵੇਂ ਹੋ ਸਕਦਾ ਜੀ? ਇਸ ਕਰਕੇ ਮਹਾਰਾਜ ਕਹਿੰਦੇ, ਨਾਮ ਦਾ ਪੱਲਾ ਫੜ। ਨਾਮ ਸਾਨੂੰ ਹੌਸਲਾ ਦਿੰਦਾ, ਕੌਨਫੀਡੈਂਸ ਦਿੰਦਾ ਆ, ਬੰਦੇ ਨੂੰ ਅਹਿਸਾਸ ਆਉਂਦਾ। ਕੋਈ ਨਾ ਕੋਈ ਕਹਿੰਦਾ ਬੜਾ ਵੱਡਾ ਦੁੱਖ ਆਇਆ, ਉਹ ਕਹਿੰਦਾ ਦੁੱਖ ਤਾਂ ਆਇਆ ਪਰ ਦੁੱਖ ਇਕੱਲਾ ਨਹੀਂ ਆਇਆ, ਉਹ ਕੁਛ ਨਾਲ ਲੈ ਕੇ ਵੀ ਆਇਆ। ਨਾਲ ਕੀ ਲੈ ਕੇ ਆਇਆ ਜੀ? ਅਸੀਂ ਬਾਣੀ 'ਚ ਬਚਨ ਪੜ੍ਹੀਏ, ਬਾਬਾ ਜੀ ਕਹਿੰਦੇ ਦੁੱਖ ਦਾਰੂ, ਉਹ ਦਾਰੂ ਲੈ ਕੇ ਆਇਆ। ਦੁੱਖ ਤੋਂ ਵੱਡਾ ਕੋਈ ਦਾਰੂ ਨਹੀਂ ਧਰਤੀ ਦੇ ਉੱਤੇ। ਸੁੱਖ ਖੁਸ਼ੀ ਚਾਹ ਅਸੀਂ ਸਾਰੇ ਇਹਦੇ ਖਾਹਿਸ਼ ਮੰਨਦੇ ਹਾਂ,
ਸਾਡੀ ਸਾਰਿਆਂ ਦੀ ਮੱਤ ਇਹੀ ਮਾਰਦਾ, ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਅਸਲ ਵਿੱਚ ਡਿਸਿਪਲਿਨ ਹੀ ਤੋੜਦਾ। ਜਿਹੜੇ ਜ਼ਿੰਦਗੀ ਦੇ ਵੱਡੇ ਡਿਸਿਪਲਿਨ ਨੇ ਉਹ ਬੰਦਾ ਦੁੱਖ ਵਿੱਚੋਂ ਸਿੱਖਦਾ। ਮੈਂ ਗਿਣਤੀ ਕਰਾਂ ਅੱਜ ਬਾਬਾ ਜੀ ਦੇ ਬਚਨ ਪੜ੍ਹਦੇ, ਕਿਤੇ ਡਿਟੇਲ 'ਚ ਵਿਚਾਰ ਕਰਾਂ। ਟੂਕ ਮਾਤਰ ਮਹਾਰਾਜ ਬਿਆਨ ਕਰਦੇ, ਜਦੋਂ ਸੁੱਖ ਦੀ ਅਵਸਥਾ ਹੋਏ ਨਾ ਤੇਰੀ, ਸਭ ਚੀਜ਼ਾਂ ਤੇਰੇ ਅਕੋਰਡਿੰਗਲੀ ਚੱਲ ਰਹੀਆਂ ਹੋਣ, ਸਾਰਾ ਤੇਰੇ ਮੁਤਾਬਕ ਹੋਏ, ਉਦੋਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੀ ਲਿਸਟ ਨਾ ਬਣਾਈ, ਬੜੀ ਲੰਮੀ ਬਣ ਜਾਏਗੀ। ਤੂੰ ਕਹੇਂਗਾ ਕਮਾਲ ਹੋ ਗਈ, ਐਡੀ ਵੱਡੀ ਲਿਸਟ। ਲੋਕੀ ਹੁੰਦਾ ਵਿਆਹ ਸ਼ਾਦੀਆਂ ਹੁੰਦੀਆਂ, ਲੋਕੀ ਮਹਿਮਾਨਾਂ ਦੀਆਂ ਲਿਸਟਾਂ ਬਣਾਉਂਦੇ, ਉਹ ਬੜੇ ਮਹਿਮਾਨ ਨੇ ਸਾਡੇ, ਸਾਡੇ ਤਾਂ ਬੜੇ ਜਾਣਨ ਵਾਲੇ, ਸਾਡੇ ਤਾਂ ਬੜੇ ਦੋਸਤ ਨੇ, 1200 ਦੀ ਲਿਸਟ ਬਣ ਗਈ, 2000 ਦੀ ਬਣ ਗਈ, ਠੀਕ ਹੈ। ਉਹ ਭਲੇ ਉਸ ਸਮੇਂ ਲਿਸਟ ਨਾ ਬਣਾਓ, ਬਾਬਾ ਜੀ ਕਹਿੰਦੇ ਲਿਸਟ ਬਣਾਇਓ ਉਦੋਂ ਜਦੋਂ ਜ਼ਿੰਦਗੀ ਗਰਦਿਸ਼ 'ਚ ਹੋਏਗੀ, ਜਦੋਂ ਸਿਚੁਏਸ਼ਨ ਤੁਹਾਡੇ ਅਗੇਂਸਟ ਚੱਲ ਰਹੀ ਹੋਏ, ਉਦੋਂ ਲਿਸਟ ਬਣਾਇਓ, ਉਦੋਂ ਪਤਾ ਲੱਗੇਗਾ ਆਹ ਕੀ ਬਣਿਆ ਹੈ। ਸੁੱਖ ਮੈਂ ਆਨ ਬਹੁਤ ਮਿਲ ਬੈਠ ਤਰਹਿਤ ਚਾਹੂੰ ਦਿਸ ਘੇਰੇ, ਬਿਪਤ ਭਰੀ ਸਭੂ ਸੰਗ ਛਾਡਿਓ। ਕੋਈ ਸੰਗੀ ਨਹੀਂ ਗਾ ਇੱਥੇ, ਆਹ ਨਾਮ ਹੈ। ਨਾਮ ਕਹਿੰਦਾ ਦੁੱਖ ਆਉਣ ਦੇ, ਦੁੱਖ ਨਾਲ ਜੀਵਨ ਦਾ ਵੱਡਾ ਅਹਿਸਾਸ ਐਕਸਪੀਰੀਅੰਸ ਹੋਏਗਾ। ਐਕਸਪੀਰੀਅੰਸ ਹੋਣੇ ਨਹੀਂ ਸੀ ਕਦੇ, ਭੁਲੇਖੇ 'ਚ ਜੀਣਾ ਸੀਗਾ। ਇੱਥੋਂ ਫਿਰ ਬੰਦੇ ਲੋਕ ਦੁਖੀ ਹੁੰਦੇ, ਬੜੇ ਇਮੋਸ਼ਨਲੀ ਇਨਵੈਸਟਮੈਂਟ ਇਮੋਸ਼ਨਸ ਦੀਆਂ ਕਰਦੇ, ਫਿਰ ਰੋਂਦੇ, ਥੋੜ੍ਹੀ ਬਹੁਤੀ ਤਕਲੀਫ ਆਉਂਦੀ, ਜ਼ਿੰਦਗੀ ਬਹੁਤ ਕੁਝ ਵਿਖਾ ਜਾਂਦੀ, ਬੰਦਾ ਐਂਡ ਸੋਲਿਡ ਗਰਾਊਂਡ 'ਤੇ ਆ ਜਾਂਦਾ। ਦਾਰੂ ਫਿਰ ਇਹਦੇ 'ਚ ਪਤਾ ਲੱਗਦਾ। ਸਪੋਜ਼ ਮੇਰੇ ਵਰਗਾ ਬੰਦਾ ਆਇਆ, ਮੈਂ ਕਿਹਾ ਮੈਂ ਬਹੁਤ ਤਕੜਾ, ਗੱਲ ਹੀ ਕੁਛ ਨਹੀਂ ਹੈ। ਅੱਛਾ ਕੁਦਰਤ ਕਿਤੇ ਥੋੜ੍ਹਾ ਟੈਸਟ ਲਏ, ਕਿਤੇ ਸਿਰ ਦੁਖਣ ਲੱਗੇ, ਲੱਕ ਦੁਖਣ ਲੱਗੇ, ਕੋਈ ਥੋੜ੍ਹਾ ਬਹੁਤਾ, ਫਿਰ ਪਤਾ ਲੱਗੇ ਕਿਹੋ ਜਿਹੀ ਹਾਲਤ ਹੈ, ਕਿੱਡਾ ਕੁ ਦਿਲ ਆ ਮੇਰਾ, ਕਿੰਨੀ ਕੁ ਸਮਰੱਥਾ ਆ। ਉਦੋਂ ਪਤਾ ਲੱਗਾ ਉਹ ਮੇਰੇ ਤੋਂ ਤਾਂ ਵੀਕ ਬੰਦਾ ਹੀ ਕੋਈ ਨਹੀਂ ਗਾ, ਮੈਂ ਤਾਂ ਇੰਨੀ ਵੀ ਮਤਲਬ ਸੂਲਜਨੀ ਪੀੜ ਵੀ ਸਹਾਰ ਨਹੀਂ ਸਕਦਾ। ਹਾਂ ਮੈਨੂੰ ਸਮਝ ਆ ਗਈ, ਝੂਠੇ ਅਹੰਕਾਰ ਮੇਰੇ ਛੁੱਟ ਗਏ, ਮੈਂ ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਕੀਤਾ। ਪਤਾ ਲੱਗਾ ਆਪਣੇ ਮਨ ਦੇ ਉੱਤੇ ਕੰਮ ਕਰ, ਕਾਬੂ ਕਰ, ਛੋਟੀਆਂ ਛੋਟੀਆਂ ਸੂਲਾਂ ਨਹੀਂ ਚੁੱਭਣੀਆਂ ਜ਼ਿੰਦਗੀ 'ਚ, ਕੋਈ ਬਹੁਤ ਵੱਡੇ ਕਸ਼ਟਾਂ 'ਚ ਵੀ ਲੰਘਣਾ ਪੈ ਸਕਦਾ। ਇਸ ਕਰਕੇ ਆਪਣੇ ਆਪ ਨੂੰ ਉਸ ਰੂਪ ਵਿੱਚ ਸੰਭਾਲ। ਮਹਾਰਾਜ ਨੇ ਬਚਨ ਲਿਖਿਆ, ਇਸ ਨਾਮ ਤੋਂ ਬਿਨਾਂ, ਨਾਮ ਬਿਨਾਂ ਜਗ ਰੋਗ ਵਿਆਪਿਆ, ਆਹ ਸੰਸਾਰ ਨੂੰ ਰੋਗ ਵਿਆਪਿਆ। ਅਦਰਵਾਈਜ਼ ਰੋਗ ਸੋਗ ਇਹ ਤਾਂ ਜ਼ਿੰਦਗੀ ਦੇ ਨਾਲ ਚੱਲਣ ਵਾਲੀਆਂ ਚੀਜ਼ਾਂ ਨੇ, ਚੱਲਣਗੀਆਂ। ਦੁਬਿਧਾ ਡੁੱਬ ਡੁੱਬ ਮਰੀ ਹੈ, ਦੁਬਿਧਾ ਦੁਚਿੱਤੀ, ਸੱਚ ਵੀ ਦੱਸੇ ਦਿਸੇ ਅਤੇ ਸੱਚ ਤੋਂ ਬੰਦਾ ਭਾਂਜਵਾਦੀ ਹੋ ਕੇ ਇੱਕ ਝੂਠ ਦੇ ਵਿੱਚ ਵੀ, ਇੱਕ ਮਤਲਬ ਕਿਸੇ ਆਪੂ ਸੱਚ ਸੋਚ ਥਾਪੀ ਸੋਚ ਵਿੱਚ ਵੀ ਜੀਏ, ਦੋਵੇਂ ਚੀਜ਼ਾਂ ਹੋਣ, ਦੋਨਾਂ 'ਚ ਬੰਦਾ ਵਿੱਚ ਗਲਾ ਗੁਆਚਿਆ ਪਿਆ। ਆਪਾਂ ਹੁਣ ਇੰਨੀ ਗੱਲ ਕੀਤੀ ਹੈ, ਇਹ ਸਾਰੀ ਗੱਲ ਹੋਣ ਦੇ ਬਾਵਜੂਦ ਵੀ ਦੋ ਪਲ ਬਾਅਦ ਕੋਈ ਮੈਨੂੰ ਆ ਕੇ ਕਨਵੈਂਸ ਕਰਦੇ ਵੀ ਉਹ ਭਲਿਆ ਤੇਰਾ ਫਲਾਣਾ ਕੰਮ ਨਹੀਂ ਨਾ ਹੋ ਰਿਹਾ, ਨਹੀਂ ਹੋ ਰਿਹਾ, ਅੱਛਾ ਤੂੰ ਮੇਰੇ ਨਾਲ ਚੱਲ ਇੱਕ ਜਗ੍ਹਾ 'ਤੇ, ਆਪਾਂ ਉੱਥੇ ਚੌਂਕੀ ਭਰਨੀ ਹੈ, ਆਹ ਕਰਨਾ ਕਰਨਾ, ਕੰਮ ਹੋ ਜਾਣਾ। ਇੰਨਾ ਥੋਟ ਹੀ ਮੇਰੇ ਅੰਦਰਲੇ ਪੂਰੇ ਬਲੀਵ ਨੂੰ ਸ਼ੈਟਰਡ ਕਰ ਦੇਗਾ। ਆਹੀ ਇਹਦੇ 'ਚ ਡੁੱਬ ਡੁੱਬ ਕੇ ਬੰਦਾ ਮਰ ਰਿਹਾ। ਹਕੀਕਤ ਇਹ ਹੈ, ਮਦਰ ਨੇਚਰ ਦਾ ਨਿਜ਼ਾਮ ਹੈ। ਤੁਸੀਂ ਜ਼ਿੰਦਗੀ 'ਚ ਗੁਣ ਗ੍ਰਹਿਣ ਕਰੋ। ਆਪਾਂ ਸਿਹਤ ਦੀ ਗੱਲ ਕਰਦੇ ਹਾਂ, ਸਿਹਤ ਆਰ ਖੁਰਾਕ ਰਹਿਣ ਸਹਿਣ ਤੁਹਾਡਾ ਸਭ ਚੀਜ਼, ਇੱਕ ਇੱਕ ਚੀਜ਼ ਉਹ 'ਚ ਰੋਲ ਪਲੇ ਕਰਦੀ ਹੈ। ਤੁਸੀਂ ਪੂਰੀ ਆਪਣੀ ਐਫਰਟ ਪਾ ਕੇ ਉਹ ਸਾਰੇ 'ਤੇ ਧਿਆਨ ਰੱਖੋਗੇ, ਪੋਸੀਬਿਲਿਟੀ ਹੈ ਸਿਹਤਯਾਬ ਰਹੋਗੇ। ਪਰ ਫਿਰ ਵੀ ਐਕਸੈਪਸ਼ਨਲ ਐਗਜ਼ਾਮਪਲਸ ਹੁੰਦੀਆਂ ਨੇ। ਜੀਨਸ ਜਿਹੜੇ ਮੇਰੇ ਨੇ, ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਤੁਰੇ ਹੁੰਦੇ ਨੇ, ਜੀਨਸ ਨੇ ਕੀ ਕੈਰੀ ਕੀਤਾ, ਮੈਨੂੰ ਕੀ ਪਤਾ ਇਹਦੇ ਬਾਰੇ।
ਕੁਛ ਜੀਨ 'ਚ ਆਪਣੇ ਆਪ ਕੋਈ ਚੀਜ਼ ਪ੍ਰਫੁੱਲਿਤ ਹੋ ਗਈ, ਕੁਝ ਆ ਗਈ, ਆ ਗਈ, ਆ ਜਾਂਦੀ ਹੈ, ਰੋਜ਼ ਆਉਂਦੀਆਂ ਨੇ ਚੀਜ਼ਾਂ। ਸੋ ਇਸ ਰੂਪ ਵਿੱਚ ਬੰਦਾ ਅਹਿਸਾਸ ਕਰੇ, ਸੱਚ 'ਚ ਜੀਏ, ਇਹੀ ਸਚਿਆਰਤਾ ਆ। ਪਰ ਇਹ ਸਾਰਾ ਕੁਝ ਹੋਏਗਾ ਉਦੋਂ ਜਦੋਂ ਤੁਸੀਂ ਸ਼ਬਦ ਦਾ ਸਹੀ ਰੂਪ ਵਿੱਚ ਪੱਲਾ ਫੜੋਗੇ ਇੱਥੇ। ਬਾਕੀ ਸਾਰਾ ਸ਼ਬਦ ਜਿਵੇਂ ਗੁਰੂ ਕਹਿ ਸ਼ਬਦ ਤਰੇ ਮੁਨ ਕੇਤੇ ਇੰਦਰਾਦਕ ਬ੍ਰਹਮਾ ਤਰੇ। ਗੁਰੂ ਨਾਨਕ ਮਹਾਰਾਜ ਨੇ ਕਿਹਾ ਤੁਸੀਂ ਪੁਰਾਣੇ ਤੋਂ ਪੁਰਾਣੇ ਅਵਤਾਰਾਂ ਨੂੰ ਲੈ ਆਓ, ਜੇ ਕੋਈ ਤਰਿਆ ਸ਼ਬਦ ਦੇ ਜ਼ਰੀਏ ਤਰਿਆ ਆ, ਉਹ ਬ੍ਰਹਮਾ ਆ, ਉਹ ਇੰਦਰ ਆ, ਕੋਈ ਦੇਖੋ ਤੁਸੀਂ ਸਾਰੇ ਮਿਥਿਹਾਸ ਦੀ ਨਵੀਂ ਵਿਆਖਿਆ ਮਹਾਰਾਜ ਨੇ ਕੀਤੀ ਹੈ। ਇਹੀ ਬਾਣੀ ਦੀ ਖਾਸੀਅਤ, ਇਹੀ ਵਡਿਆਈ ਹੈ। ਖੈਰ, ਸਮੇਂ ਨੇ ਆਪਣਾ ਸਫ਼ਰ ਮੁਕਾ ਦਿੱਤਾ, ਆਈ ਹੈਵ ਟੂ ਲੀਵ ਇਟ ਹੇਅਰ, ਮੈਨੂੰ ਇੱਥੇ ਸਮਾਪਨ ਕਰਨਾ ਪੈਣਾ। ਆਉਂਦੇ ਕੱਲ੍ਹ ਮੇਰੀ ਹਾਜ਼ਰੀ ਨਹੀਂ ਹੋਏਗੀ ਕਿਉਂਕਿ ਜੇਲ੍ਹ ਵਿਜ਼ਿਟ ਕਰਕੇ ਹੈਵ ਟੂ ਬੀ ਦੇਅਰ। ਇਸ ਤੋਂ ਅਗਲੇ ਰੋਜ਼ ਇਸ ਰਹਿੰਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਸਮਾਪਨ ਕਰਾਉਂਦੇ ਨੇ, ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੁਰੂ।